ਨਾ ਮੈਨੂੰ ਘਰੇ ਛੱਡ ਜਾਣਾ ਇਕੱਲੀ ਨੂੰ ਮੱਖੀਆਂ ਮਾਰਨ ਨੂੰ। ਲੈ ਦੱਸ ਕਮਾਲ ਹੋ ਗਈ ਬੇਬੇ ਤੇਰੀ, ਤੂੰ ਭਲਾ ਉੱਥੇ ਜਾ ਕੇ ਕੀ ਕਰਨਾ ਸੀ ਜਦੋਂ ਮੈਂ ਤੈਨੂੰ ਦੱਸੀ ਤਾਂ ਜਾਨੇ ਵੀ ਉਹਨਾਂ ਨਾਲ ਆਪਣੀ ਬਣਦੀ ਨਹੀਂ ਇੰਨੀ। ਮਨਦੀਪ ਮੈਂ ਤਾਂ ਨਾਜਰ ਕੇ ਨੂੰ ਕਹਿਤਾ ਇਤਕੀ, ਮਹਾਂ ਮੈਂ ਨਹੀਂ ਬਾਈ ਤੁਹਾਡਾ ਵਾਹਨ ਠੇਕੇ 'ਚ ਲੈਂਦਾ, ਬਚਦਾ ਬਚਾਉਂਦਾ ਕੁਝ ਹੈ ਨਹੀਂ, ਐਵੇਂ ਅੱਡੀਆਂ ਚੱਕ ਕੇ ਫਾਹਾ ਲਈ ਜਾ। ਵਧੀਆ 5 ਕਿੱਲੇ ਹੈਗੇ ਨੇ ਆਪਣੇ ਲਵੇ ਆਪਦੇ, ਉਹੀ ਵਾਹੀ ਨੇ ਟੌਰ ਨਾਲ। ਉਹੀ ਤਾਂ ਗੱਲ ਆ, ਫਿਰ ਜਦੋਂ ਕੁਝ ਬਚਦਾ ਹੀ ਨਹੀਂ ਕੀ ਲੋੜ ਆ ਟੱਕਰਾਂ ਮਾਰਨ ਦੀ। ਮੈਂ ਤਾਂ ਤੁਹਾਨੂੰ ਉਦੋਂ ਵੀ ਰੋਕਿਆ ਸੀ, ਉਹੀ ਲੈ ਲਿਆ ਤੁਸੀਂ ਉਦੋਂ ਵੀ ਵਾਹਨ ਠੇਕੇ ਤੇ। ਉਹ ਬਾਲਾ ਕਹਿਣ ਲੱਗ ਗਿਆ ਉਦੋਂ, ਲੈ ਲੈ ਯਾਰ ਲੈ ਲੈ ਯਾਰ, ਮਹਾਂ ਚੱਲ ਪੈਂਦੀਆਂ ਜਿੱਥੇ ਆ ਵਾਹੀ ਜਾਂਦੇ ਆ ਨਾਲ ਲੱਗ ਦੋ ਵਾਹੀ ਜਾਵਾਂਗੇ, ਮਹਾਂ ਚੱਲ ਲੈ ਲੈਣੇ। ਮਹਾਂ ਨਹੀਂ ਯਾਰ ਐਤਕੀ ਨਹੀਂ ਆਪਣੀ ਸੈਟਿੰਗ ਬਹਿੰਦੀ, ਮਹਾਂ ਦਿਲਬਾਗ ਪੁੱਛਦਾ ਸੀ ਮੈਨੂੰ ਉਹਨੂੰ ਦੇ ਦੇ, ਉਹ ਲੈਣ ਨੂੰ ਫਿਰਦਾ। ਮੈਨੂੰ ਹੀ ਪੁੱਛਦਾ ਸੀ ਦਿਲਬਾਗ, ਕਹਿੰਦਾ ਤੂੰ ਲਏਗਾ ਵਾਹਾਂ ਠੇਕੇ ਤੇ, ਮਹਾਂ ਮੈਂ ਤਾਂ ਲੈਂਦਾ ਨਹੀਂ ਯਾਰ, ਚੱਲ ਆਪਾਂ ਨੇ ਕੀ ਲੈਣਾ ਆਪੀ ਦੇ ਦੂਗੇ ਸੀ। ਆਹੋ ਸਹੀ ਗੱਲ, ਆਪਾਂ ਨੂੰ ਕੀ ਲੋੜ, ਆਪਾਂ ਤਾਂ ਆਪਦਾ ਲੋਟ ਦੇਖਣਾ। ਉਹੀ ਤਾਂ ਗੱਲ ਹੈ ਯਾਰ, ਪਤਾ ਕੀ ਗੱਲ ਹੈ, ਥੋੜੀ ਜਿਹੀ ਦੂਰ ਪੈ ਜਾਂਦਾ ਆਪਾਂ ਨੂੰ, ਜੇ ਨਾਲ ਲੱਗਦਾ ਹੋਵੇ ਫਿਰ ਤਾਂ ਚੱਲ ਬੰਦਾ ਰੱਖੀ ਛੱਡਦਾ, ਅੱਡੋ ਅੱਡੀ ਦੋ ਖੇਤਾਂ ਜਾਣਾ ਔਖਾ ਹੋ ਜਾਂਦਾ। ਸਹੀ ਗੱਲ ਹੈ। ਉਹ ਸੱਚ ਮੇਰੀ ਰੋਟੀ ਲਾ ਦੇ ਮਨਦੀਪ, ਮੈਂ ਮੋਟਰਸਾਈਕਲ ਹੀ ਸਰਵਿਸ ਕਰਾਉਣ ਜਾਣਾ, ਫਿਰ ਆ ਕੇ ਖੇਤ ਵੀ ਜਾਣਾ ਉਹ। ਓਹੋ, ਤੁਸੀਂ ਪਹਿਲਾਂ ਨਹੀਂ ਦੱਸਿਆ ਵੀ ਮੈਂ ਛੇਤੀ ਜਾਣਾ ਆ, ਸਬਜ਼ੀ ਬਣਾਉਣ ਲੱਗੀ ਸੀ ਮੈਂ, ਊਂ ਤਾਂ ਛੋਲਾ ਕੱਢਿਆ ਪਿਆ ਵਾ, 10 ਮਿੰਟ ਲੱਗਣਗੇ। ਨਾ ਨਾ ਫਿਰ ਤਾਂ ਮੈਂ ਲੇਟ ਹੋ ਜਾਊਂਗਾ ਯਾਰ, ਤੂੰ ਮੈਨੂੰ ਐਂ ਦੱਸ ਰਾਤ ਵਾਲੀ ਸਬਜ਼ੀ ਪਈ ਐ, ਮੈਨੂੰ ਤਾਂ ਉਸੇ ਨਾਲ ਹੀ ਲਾ ਦੇ 2 ਰੋਟੀਆਂ। ਆਹੋ ਸਬਜ਼ੀ ਤਾਂ ਪਈ ਆ ਰਾਤ ਵਾਲੀ, ਪਰ ਬੇਹੀ ਕਾਹਨੂੰ ਖਾਣੀ ਆ, ਇਹਨੂੰ ਵੀ 10 ਮਿੰਟ ਲੱਗਣਗੇ ਬਣ ਜਾਂਦੀ ਆ। ਨਾ ਨਾ 10 ਮਿੰਟ ਕਿੱਥੇ, ਇੰਨਾ ਟਾਈਮ ਨਹੀਂ ਹੈਗਾ, ਮੈਂ ਤਾਂ ਉਸੇ ਨਾਲ ਹੀ ਖਾ ਲੂੰਗਾ, ਰਾਤ ਵਾਲੀ ਨਾਲ ਹੀ ਲਿਆ ਦੇ। ਤੁਸੀਂ ਪਹਿਲਾਂ ਹੀ ਨਹੀਂ ਦੱਸਿਆ ਹੈਗਾ ਸਬਜ਼ੀ ਤਾਂ ਬਣ ਜਾਂਦੀ। ਰੋਟੀ ਲਾਉਣੀ ਆ ਕੁਲਦੀਪ ਨੂੰ ਮੰਦੀ ਪੁੱਤ? ਹਾਂ ਬੇਬੇ, ਰਾਤ ਵਾਲੀ ਸਬਜ਼ੀ ਪਈ ਆ, ਕਹਿੰਦਾ ਉਹਦੇ ਨਾਲ ਹੀ ਖਾ ਲੂੰਗਾ। ਚੱਲ ਮੇਰੀਆਂ ਵੀ ਲਾ ਲਈ 2 ਰੋਟੀਆਂ ਪੁੱਤ, ਮੈਂ ਵੀ ਹੁਣੇ ਖਾ ਲੂੰਗੀ। ਕੋਈ ਨਾ ਬੇਬੇ। ਹਾਂ ਹਾਂ ਮਨਦੀਪ, ਆ ਛੋਲੇ ਦੀ ਸਬਜ਼ੀ ਨਾਲ ਮੈਨੂੰ ਕੋਈ ਦਿੱਤੀ ਰੋਟੀ? ਇਹ ਤਾਂ ਬੇਬੀ ਮੈਂ ਹੁਣੇ ਬਣਾਈ ਆ। ਨਾ ਮੈਨੂੰ ਦੱਸ ਦਿੰਦੀ ਵੀ ਤਾਜ਼ੀ ਸਬਜ਼ੀ ਬਣਾਉਣੀ ਆ, ਮੈਂ ਵੀ ਇਸੇ ਸਬਜ਼ੀ ਨਾਲ ਰੋਟੀ ਖਾ ਲੈਂਦੀ ਛੋਲੇ ਦੀ ਨਾਲ। ਲੈ ਬੇਬੇ, ਸੋਚਿਆ ਤਾਂ ਮੈਂ ਵੀ ਇਹੀ ਸੀਗਾ ਵੀ ਆਪਾਂ ਤਾਜ਼ੀ ਸਬਜ਼ੀ ਨਾਲ ਖਾਵਾਂਗੇ। ਫਿਰ ਕੁਲਦੀਪ ਕਹਿੰਦਾ ਬੇਬੇ ਮੈਨੂੰ ਕਾਹ ਵਾਲਾ ਜਾਣ ਦੀ, ਰਾਤ ਵਾਲੀ ਸਬਜ਼ੀ ਨਾਲ ਹੀ ਦੇ ਦੇ ਰੋਟੀ। ਫਿਰ ਮਗਰੀ ਤੂੰ ਕਹਿਤਾ ਵੀ ਮੈਨੂੰ ਵੀ ਬਣਾ ਦੇ ਰੋਟੀ। ਨਾ ਤੂੰ ਮੈਨੂੰ ਕਹਿ ਦਿੰਦੀ ਬੇਬੇ ਮੈਂ ਸਬਜ਼ੀ ਬਣਾਉਣ ਲੱਗਿਆਂ ਛੋਲੇ ਦੀ, ਮੈਂ ਰੁਕ ਜਾਂਦੀ, ਚਲਾਕੀਆਂ ਖੇਡਦੀ ਮੇਰੇ ਨਾਲ, ਆਪ ਤਾਂ ਤਾਜ਼ੀ ਸਬਜ਼ੀ ਨਾਲ ਖਾਈ ਜਾਂਦੀ ਆ ਰੋਟੀ, ਮੈਨੂੰ ਰੁੱਖੀ ਫੜਾਤੀ। ਲੈ ਦੱਸ ਕਮਾਲ ਹੋ ਗਈ ਬੇਬੇ ਤੇਰੇ ਵਾਲੀ, ਇਹਦੇ ਚ ਚਲਾਕੀ ਵਾਲੀ ਕਿਹੜੀ ਗੱਲ ਆ? ਮੈਂ ਤੈਨੂੰ ਕਿਹਾ ਨੀ ਬੇਬੇ ਵੀ ਰਾਤ ਵਾਲੀ ਸਬਜ਼ੀ ਨਾਲ ਖਾਓ ਕੁਲਦੀਪ ਰੋਟੀ? ਫਿਰ ਮਗਰੀ ਤੂੰ ਕਹਿਤਾ ਵੀ ਭਾਈ ਮੇਰੀਆਂ ਵੀ ਲਾ ਦੇ 2 ਰੋਟੀਆਂ। ਕੱਲ ਤੇਰੇ ਸਾਹਮਣੇ ਆਥਣੇ ਛੋਲੂਆ ਕੱਢ ਕੇ ਰੱਖਿਆ ਮੈਂ। ਲੈ ਤੈਨੂੰ ਵੀ ਤਾਂ ਪਤਾ ਹੀ ਆ ਵੀ ਸਬਜ਼ੀ ਹੁਣ ਬਣਨੀ ਸੀ, ਤੂੰ ਹੀ ਕਿਹਾ ਸੀ ਬੇਬੀ ਮੈਨੂੰ ਹੁਣ ਲਿਆ ਦੇ 2 ਰੋਟੀਆਂ। ਲੈ ਕਹਿਤਾ ਸੀ ਤੈਨੂੰ ਆਪ ਤਾਂ ਤਾਜ਼ੀ ਸਬਜ਼ੀ ਨਾਲ ਖਾਈ ਜਾਂਦੀ ਰੋਟੀ, ਮੈਨੂੰ ਵੇਹੀ ਫੜਾਤੀ। ਬੇਬੇ ਮੈਨੂੰ ਤੇਰੀ ਸਮਝ ਨਹੀਂ ਲੱਗਦੀ, ਮੈਂ ਖਵਾਈਏ ਤੈਨੂੰ ਵੇਹੀ ਸਬਜ਼ੀ ਨਾਲ ਰੋਟੀ ਕਿ ਤੂੰ ਆਪ ਖਾਧੀ ਆ? ਚੱਲ ਜੇ ਖਾ ਵੀ ਲਈ ਫੇਰ ਕੀ ਹੋ ਗਿਆ? ਨਾਲੇ ਇਹ ਵੀ ਤਾਂ ਬੇਬੇ ਰਾਤ ਵਾਲੀ ਸਬਜ਼ੀ ਨਾਲ ਹੀ ਖਾ ਕੇ ਗਏ ਆ, ਫ੍ਰਿਜ 'ਚ ਰੱਖੀ ਸੀ ਮੈਂ, ਉਹ ਕਿਹੜਾ ਖਰਾਬ ਹੋਊਗੀ? ਕੋਈ ਨਾ ਬੇਬੇ, ਜੇ ਤੂੰ ਹੋਰ ਖਾਣੀ ਆ ਮੈਂ ਆਹ ਸਬਜ਼ੀ ਨਾਲ ਬਣਾ ਦਿੰਦੀ ਆ ਤੈਨੂੰ ਰੋਟੀ। ਨਹੀਂ ਮੈਂ ਹੁਣ ਖਾਣੀ, ਉਦੋਂ ਤਾਂ ਤੈਂ ਦੱਸਿਆ ਨਹੀਂ ਹੈਗਾ ਵੀ ਮੈਂ ਸਬਜ਼ੀ ਬਣਾਉਂਗੀ ਤਾਜ਼ੀ, ਉਹਦੇ ਨਾਲ ਖਾ ਲਈ ਬੇਬੇ। ਵੱਡੀ ਚਲਾਕ ਹੁਣ ਸਿਆਣੀ ਬਣਦੀ ਆ। ਮੇਰੀ ਗੱਲ ਸੁਣ ਲੈ ਬੇਬੇ, ਮੇਰੇ ਨਾਲ ਫਾਲਤੂ ਲੜਾਈ ਪਾਉਣ ਦੀ ਲੋੜ ਨਹੀਂ ਹੈਗੀ, ਠੀਕ ਆ ਨਾ? ਬੇਬੇ ਤੂੰ ਆਪ ਹੀ ਕਿਹਾ ਸੀਗਾ ਵੀ ਮੈਨੂੰ ਵੀ ਲਾ ਦੇ। ਨਾ ਬੋਲਦੀ ਕਿਵੇਂ ਤੂੰ, ਮੇਰੇ ਨਾਲ ਆਕੜ ਕੇ ਜੇ ਗੱਲ ਨਾ ਕਰ, ਮੈਂ ਚਪੇੜਾ ਮਾਰੂ ਮੂੰਹ ਤੇ। ਨਾ ਐਂ ਕਿਵੇਂ ਮਾਰੇਂਗੀ ਬੇਬੇ ਤੂੰ ਮੂੰਹ ਤੇ ਚਪੇੜਾ? ਨਾ ਮਾਰੂੰਗੀ ਨਹੀਂ, ਮੇਰੇ ਮੂਹਰੇ ਕਿਵੇਂ ਜਵਾਨ ਲੜੋਂਗੀ ਤੂੰ?
ਮੈਂ ਤਾਂ ਕੋਈ ਜ਼ਬਾਨ ਨੀ ਲੜਾਈ ਬੇਬੇ ਤੇਰੇ ਨਾਲ, ਤੂੰ ਬਿਨਾਂ ਗੱਲ ਤੋਂ ਮੇਰੇ ਨਾਲ ਕਲੇਸ਼ ਪਾਈ ਬੈਠੀ ਆ ਨਾ। ਫੇਰ ਦੱਸ ਬੇਬੇ ਕੀ ਲੋੜਾ ਆ ਗਿਆ ਜੇ ਤੂੰ ਰਾਤ ਵਾਲੀ ਦਾਲ ਨਾਲ ਰੋਟੀ ਖਾ ਲਈ? ਤੂੰ ਤਾਂ ਬੇਬੇ ਐਂ ਗੱਲ ਕਰਦੀ ਆ ਜਿਵੇਂ ਮੈਂ ਰਾਤ ਵਾਲੀ ਦਾਲ ਨਾਲ ਨੀ ਤੈਨੂੰ ਜ਼ਹਿਰ ਨਾਲ ਰੋਟੀ ਦਿੱਤੀ ਹੁੰਦੀ ਆ। ਨਾ ਤੂੰ ਹੈ ਕਿਵੇਂ ਬੋਲਦੀ ਨੀ ਮੇਰੇ ਮੂਹਰੇ, ਹੁਣ ਨਾ ਥੱਪੜੇ ਖਾਣੀ ਮੈਥੋਂ ਕਿਤੇ। ਲੈ ਐਂ ਕਿਵੇਂ ਮਰੇਂਗੀ ਬੇਬੇ ਤੂੰ, ਬਿਨਾਂ ਗੱਲ ਤੋਂ ਮੈਂ ਨੀ ਥੱਪੜੇ ਖਾਂਦੀ। ਹਾਂ ਖਾਂਦੀ ਨੀ ਇਹ ਥੱਪੜਾ, ਬਣੇਗੀ ਫਿਰਦੀ ਆ ਤੂੰ, ਆ ਜਾਂਦੇ ਕੁਲਦੀਪ ਨੂੰ, ਕਰਦੀ ਆ ਉਹਦੇ ਨਾਲ ਗੱਲ। ਲੈ ਦੱਸ ਕਮਾਲ ਹੋ ਗਈ, ਮੈਨੂੰ ਇਹਦੀ ਨੀ ਸਮਝ ਲੱਗਦੀ, ਆਪ ਹੀ ਕਿਹਾ ਸੀ ਵੀ ਲਿਆ ਦੇ ਰੋਟੀ ਨਾਲੇ ਮੈਨੂੰ। ਮੰਦੀ ਪਾਣੀ ਲਈ ਆ ਗਏ ਤੁਸੀਂ? ਹਾਂ ਆ ਗਏ। ਲਿਓ ਨੀ ਪਾਣੀ। ਗਰਮੀ ਖਾਸੀ ਹੋ ਰਹੀ ਹੈ। ਖੁਸ਼ਕ ਜੀ ਹਵਾ ਚੱਲਦੀ ਹੈ ਦਿਨਾਂ ਚ। ਸਹੀ ਗੱਲ ਹੈ। ਕੁਲਦੀਪ ਮੇਰੀ ਗੱਲ ਸੁਣ ਲੈ ਪੁੱਤ, ਇਹਨੂੰ ਸਮਝਾ ਲੈ ਭਾਈ, ਇਹ ਮੇਰੇ ਨਾਲ ਬਾਹਲੀ ਆਕੜਦੀ ਹੈ, ਮੈਂ ਇਹਨੂੰ ਬੰਦਿਆਂ ਵਾਂਗੂ ਕਹਿਤਾ, ਇਹ ਹੜਦੀ ਨੀ ਹੈਗੀ, ਪੁੱਠਾ ਹੀ ਪੁੱਠਾ ਬੋਲੀ ਜਾਂਦੀ ਹੈ। ਉਹ ਕੀ ਹੋ ਗਿਆ ਬੇਬੇ, ਹੈਂ ਕੀ ਚੱਕਰ ਪਾ ਲਿਆ ਹੁਣ? ਨਾ ਇਹਨੇ ਤੈਨੂੰ ਦੱਸੀ ਦਿੱਤਾ ਹੋਣਾ ਵੀ ਕੀ ਚੱਕਰ ਪੈ ਗਿਆ। ਨਾ ਮੈਨੂੰ ਤਾਂ ਕੋਈ ਗੱਲ ਦਾ ਪਤਾ ਨੀ, ਮੈਂ ਤੇਰੇ ਸਾਹਮਣੇ ਹੁਣ ਤਾਂ ਆ ਕੇ ਬੈਠਾ। ਚੱਕਰ ਕੀ ਹੋਣਾ ਸੀ? ਮੈਂ ਤੈਨੂੰ ਦੱਸਤਾ ਭਾਈ ਮੇਰੇ ਨਾਲ ਇਹ ਬਾਹਲੀ ਜ਼ਬਾਨ ਲੜਾਉਂਦੀ ਹੈ, ਇਹਨੂੰ ਸਮਝਾ ਕੇ ਰੱਖ। ਨਾ ਮੈਂ ਕੀ ਜ਼ਬਾਨ ਲੜਾ ਲਈ ਬੇਬੇ ਤੇਰੇ ਨਾਲ, ਤੂੰ ਬਿਨਾਂ ਗੱਲ ਤੋਂ ਮੇਰੀ ਰੋਟੀ ਖਾਣੀ ਦੁੱਬਰ ਕੀਤੀ ਆ। ਕੀ ਰੋਟੀ ਖਾਣੀ ਦੁੱਬਰ ਕੱਤੀ ਆ ਨੀ ਤੇਰੀ? ਉਹ ਕੀ ਗੱਲ ਹੋ ਗਈ, ਹੈਂ ਕੋਈ ਗੱਲ ਦਾ ਹੀ ਪਤਾ ਲੱਗੇ? ਗੱਲ ਕੀ ਹੋਣੀ ਆ, ਤੁਹਾਨੂੰ ਪਤਾ ਨਾ ਵੀ ਅੱਜ ਮੈਂ ਸ਼ੋਰਵਾ ਬਣਾਉਣਾ ਸੀ। ਹਾਂ ਬਹਿ ਜਾ ਮਨਦੀਪ, ਮੈਂ ਕੁਰਸੀ ਲਿਆਉਣੀ ਆ। ਲਿਆ ਕੁਰਸੀ ਲਿਆ। ਮੈਨੂੰ ਤਾਂ ਇਹ ਸੀਗਾ ਵੀ ਤੁਸੀਂ ਵੀ ਅੱਜ ਨਾ ਛੋਲੇ ਦੀ ਸਬਜ਼ੀ ਨਾਲ ਰੋਟੀ ਖਾਓਗੇ, ਪਰ ਤੁਸੀਂ ਅੱਜ ਛੇਤੀ ਜਾਣਾ ਸੀਗਾ ਹਨਾ, ਤੁਸੀਂ ਮੋਟਰਸਾਈਕਲ ਦੀ ਸਰਵਿਸ ਕਰਾਉਣੀ ਸੀਗੀ, ਤੁਸੀਂ ਉਹੀ ਕਹਿਤਾ ਵੀ ਮੈਂ ਰਾਤ ਵਾਲੀ ਸਬਜ਼ੀ ਨਾਲ ਖਾ ਲੂੰਗਾ ਰੋਟੀ। ਮੈਂ ਬੇਬੇ ਕੋਲ ਦੀ ਲੰਘੀ ਜਾਂਦੀ ਸੀ, ਬੇਬੇ ਮੈਨੂੰ ਕਹਿੰਦੀ ਕੁਲਦੀਪ ਵਾਸਤੇ ਰੋਟੀ ਬਣਾਉਣੀ ਆ, ਮੈਂ ਕਿਹਾ ਹਾਂ ਬੇਬੇ, ਮੈਂ ਕਿਹਾ ਉਹ ਕਹਿੰਦੇ ਵੀ ਰਾਤ ਵਾਲੀ ਸਬਜ਼ੀ ਨਾਲ ਹੀ ਖਾ ਲੂੰਗਾ ਰੋਟੀ, ਬੇਬੇ ਕਹਿੰਦੀ ਮੇਰੇ ਵਾਸਤੇ ਵੀ ਬਣਾ ਦੇ। ਚਲੋ ਜੀ ਮੈਂ ਰਾਤ ਵਾਲੀ ਸਬਜ਼ੀ ਨਾਲ ਬੇਬੇ ਨੂੰ ਵੀ ਦੇਤੀ ਰੋਟੀ, ਫਿਰ ਮੈਂ ਥੋੜੇ ਟਾਈਮ ਬਾਅਦ ਸਬਜ਼ੀ ਬਣਾ ਲਈ ਸ਼ੋਰੂਏ ਦੀ। ਬੇਬੇ ਜਦੋਂ ਮੈਂ ਰੋਟੀ ਖਾਈ ਜਾਂਦੀ ਸੀ ਕੋਲੇ ਆ ਗਈ ਮੇਰੇ, ਮੈਨੂੰ ਕਹਿੰਦੀ ਆਪ ਤਾਂ ਤੂੰ ਤਾਜ਼ੀ ਸਬਜ਼ੀ ਨਾਲ ਖਾਈ ਜਾਂਦੀ ਰੋਟੀ, ਮੈਨੂੰ ਰਾਤ ਵਾਲੀ ਦਾਲ ਨਾ ਖਵਾਤੀ। ਮੇਰੀ ਗੱਲ ਸੁਣ ਕੁਲਦੀਪ, ਇਹ ਮੈਨੂੰ ਕਹਿ ਨਹੀਂ ਸਕਦੀ ਸੀ ਵੀ ਮੈਂ ਛੋਲਵਾ ਬਣਾਉਣੀ ਆ, ਮੈਂ ਖੜ ਜਾਂਦੀ 10 ਮਿੰਟ, ਇਹਨੇ ਤਾਂ ਮੈਨੂੰ ਦੱਸਿਆ ਹੀ ਨਹੀਂ। ਮੇਰੀ ਗੱਲ ਸੁਣ ਬੇਬੇ, ਕੱਲ ਸ਼ਾਮੀ ਤੇਰੇ ਸਾਹਮਣੇ ਹੀ ਕੱਢਿਆ ਸੀ ਨਾ ਛੋਲਵਾ, ਅੱਜ ਬਣਾਉਣਾ ਹੀ ਸੀ ਮੈਂ, ਨਾਲੇ ਬੇਬੇ ਮੈਂ ਤੈਨੂੰ ਦੱਸਿਆ ਸੀ ਵੀ ਇਹ ਕਹਿੰਦੇ ਮੈਂ ਰਾਤ ਵਾਲੀ ਸਬਜ਼ੀ ਨਾਲ ਹੀ ਖਾ ਲੈਣਾ ਰੋਟੀ, ਇਹਦਾ ਮਤਲਬ ਇਹੀ ਸੀ ਨਾ ਵੀ ਮੈਂ ਹੋਰ ਸਬਜ਼ੀ ਬਣਾਉਣੀ ਆ। ਲੈ ਫੇਰ ਕਿੱਡੀ ਕੀ ਗੱਲ ਹੋ ਗਈ ਬੇਬੇ, ਜੇ ਤਾਂ ਦਾਲ ਨਾਲ ਖਾ ਲਈ ਰੋਟੀ, ਹੈਂ ਤੂੰ ਬਿੰਦੇ ਝੱਟ ਨੂੰ ਛੋਲੀ ਨਾਲ ਫੇਰ ਖਾ ਲਾਂਦੀ, ਇਹ ਚ ਬੜਾ ਲੜਾਈ ਵਾਲੀ ਕਿਹੜੀ ਗੱਲ ਹੈ? ਆਹੋ ਲੜਾਈ ਵਾਲੀ ਕਾਹਨੂੰ ਗੱਲ ਹੈ, ਤੇਰਾ ਤਾਂ ਮੈਨੂੰ ਪਤਾ ਹੀ ਹੈ ਮੈਂ ਤਾਂ ਇਸੇ ਦਾ ਪੱਖ ਲੈਣਾ ਹੁੰਦਾ। ਉਹ ਨਹੀਂ ਬੇਬੇ, ਮੈਂ ਇਹਦਾ ਪੱਖ ਨਹੀਂ ਲੈਂਦਾ, ਮੈਂ ਤਾਂ ਤੈਨੂੰ ਐਂ ਕਹਿੰਦਾ ਵੀ ਫੇਰ ਕੀ ਹੋ ਗਿਆ ਜੇ ਤਾਂ ਰਾਤ ਵਾਲੀ ਦਾਲ ਨਾਲ ਖਾ ਲਈ ਰੋਟੀ, ਹੈਂ ਮੈਂ ਵੀ ਤਾਂ ਉਸੇ ਦਾਲ ਨਾਲ ਖਾ ਕੇ ਗਿਆ, ਕਿੰਨੀ ਸਵਾਦ ਉਹ ਦਾਲ ਬਣੀ। ਬੇ ਤੂੰ ਤਾਂ ਛੇਤੀ ਜਾਣਾ ਸੀ, ਮੈਨੂੰ ਤਾਂ ਇਹ ਦੱਸ ਹੀ ਸਕਦੀ ਸੀ ਨਾ, ਮੈਨੂੰ ਤਾਂ ਇਹਨੇ ਜਾਣ ਕੇ ਚਲਾਕੀ ਨਾਲ ਨਹੀਂ ਦੱਸਿਆ, ਮਗਰੋਂ ਬਣਾ ਕੇ ਸਬਜ਼ੀ ਛੋਲੂਏ ਦੀ ਆਰਾਮ ਨਾਲ ਰੋਟੀ ਖਾਈ ਜਾਵੇ। ਲੈ ਦੱਸੋ ਇਹ ਕੋਈ ਲੜਾਈ ਵਾਲੀ ਗੱਲ ਆ? ਬੇਬੇ ਕਿਉਂ ਮਾੜੀ ਜੀ ਗੱਲ ਦਾ ਮੁੱਦਾ ਬਣਾਈ ਬੈਠੀ ਆ, ਕੋਈ ਤੰਤ ਹੈਗਾ ਇਹ ਗੱਲ ਚ? ਬੇ ਜਾ ਬਹਿ ਜਾ, ਮੇਰੀਆਂ ਗੱਲਾਂ ਚ ਤੈਨੂੰ ਹੁਣ ਕਾਹਦਾ ਤੰਤ ਲੱਗਣਾ ਸੀ, ਤੇਰਾ ਤਾਂ ਮੈਨੂੰ ਪਤਾ ਹੀ ਹੈ
ਤੂੰ ਕਦੋਂ ਮਾਂ ਦਾ ਪੱਖ ਲੈਣਾ? ਤੂੰ ਤਾਂ ਏਸੇ ਦਾ ਪੱਖ ਲੈਣਾ ਹੁੰਦਾ, ਤੀਵੀਂ ਦਾ ਬਣ ਕੇ ਰਹਿ। ਮੈਂ ਨੀ ਇਸ ਘਰ ਚ ਰਹਿ ਸਕਦੀ ਹੁਣ 5 ਮਿੰਟ ਵੀ। ਜਾਂਦੀ ਹਾਂ ਮੈਂ ਤਾਂ ਆਪਦੀ ਕੁੜੀ ਕੋਲੇ। ਲੈ ਦੱਸ ਕਮਾਲ ਹੋ ਗਈ ਬੇਬੇ, ਮੈਨੂੰ ਤਾਂ ਮੰਦੀ ਬੇਬੀ ਦੀ ਸਮਝ ਨੀ ਆਉਂਦੀ, ਹੈਂ ਗੱਲਾਂ ਕਹੇ ਜਿਹੀਆਂ ਕਰੀ ਜਾਂਦੀ ਇਹ। ਲੈ ਦੱਸ ਇਹ ਵੀ ਕੋਈ ਗੱਲ ਆ, ਆਪਣੇ ਨਾਲ ਬਿਨਾਂ ਗੱਲ ਤੋਂ ਰੌਲਾ ਪਾ ਕੇ ਰਿਸ਼ਤੇਦਾਰਾਂ ਕੋਲੇ ਤੁਰ ਪੈਂਦੀ ਆ। ਉਹੀ ਤਾਂ ਗੱਲ ਆ, ਓਏ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਯਾਰ ਇਹਦੀ, ਹੈਂ ਮਹੀਨਾ ਨਹੀਂ ਪੈਣ ਦਿੰਦੀ। ਹੋਰ ਬਦਨਾਮੀ ਆਪਣੀ ਕਰਾਉਂਦੀ ਆ, ਅਗਲਾ ਕਹਿੰਦਾ ਉਹ ਪਤਾ ਨੀ ਨੌ ਪੋਤੇ ਨੂੰ ਕਿੰਨਾ ਕੁ ਦੁਖੀ ਕਰਦੇ ਆ, ਰੋਕ ਲਓ ਇਹਨੂੰ, ਸਮਝਾ ਲਓ। ਉਹ ਮੇਰੀ ਗੱਲ ਸੁਣ ਬੇਬੇ, ਐਵੇਂ ਕਾਂਵਲੀਆਂ ਨਹੀਂ ਮਾਰਦੇ ਹੁੰਦੇ, ਬਹਿ ਜਾ। ਕਮਾਲ ਹੋ ਗਈ, ਚੱਲ ਕੋਈ ਨੀ ਜਾਣ ਦੇ। ਉਹ ਮਗਰ ਜਾ ਕੇ ਰੋਕ ਲਓ ਤੁਸੀਂ। ਉਹ ਇਹਨੇ ਕਾਹਦਾ ਰੋਕਣਾ, ਐਵੇਂ ਪੁੱਠਾ ਸਿੱਧਾ ਬੋਲੂ, ਮੈਨੂੰ ਪਤਾ ਇਹਦਾ ਰੋਕਣ ਵਾਲੀ ਨੀ ਹੈਗੀ ਇਹ। ਲੈ ਕਮਾਲ ਹੋ ਗਈ ਬੇਬੇ, ਮੈਂ ਤਾਂ ਤੇਰੀ ਗੱਲ ਸੁਣ ਕੇ ਹੈਰਾਨ ਆ, ਇਹ ਕਿੱਡੀ ਕੁ ਗੱਲ ਸੀ ਜਿਹੜੀ ਪਿੱਛੇ ਭਾਬੀ ਨੇ ਨਕਲੇਸ ਖੜਾ ਕਰਤਾ। ਹਾਂ ਫੇਰ ਇਹ ਕਿੱਡੀ ਕੁ ਗੱਲ ਸੀ, ਮੈਨੂੰ ਕਹਿ ਵੀ ਸਕਦੀ ਸੀ ਵੀ ਬੇਬੇ ਮੈਂ ਛੋਲੂਆ ਬਣਾਉਣੀ ਆ, ਤੂੰ ਉਹਦੇ ਨਾਲ ਰੋਟੀ ਖਾ ਲਈ ਬਿੰਦ ਝੱਟ ਨੂੰ। ਹਾਂ ਹਾਂ ਬੇਬੇ, ਕਹਿਣ ਦਾ ਤਾਂ ਫਰਜ਼ ਬਣਦਾ ਸੀ ਉਹਦਾ, ਫਿਰ ਤੈਨੂੰ ਤਾਂ ਹੀ ਹੋ ਗਿਆ ਨਾ ਵੀ ਅੱਜ ਆਹੀ ਦਾਲ ਖਾਣੀ ਆ। ਹਾਂ ਹਾਂ ਫਿਰ ਮੈਂ ਤਾਂ ਸਮਝਣਾ ਹੀ ਸੀ। ਅੱਛਾ ਜੇ ਮੈਂ ਪੁੱਛ ਲਿਆ ਵੀ ਤੂੰ ਛੋਲੂਏ ਦੀ ਸਬਜ਼ੀ ਨਾਲ ਰੋਟੀ ਖਾਈ ਜਾਂਦੀ ਆ, ਭਾਈ ਮੈਨੂੰ ਦੱਸਿਆ ਨੀ, ਫਿਰ ਮੇਰੇ ਗੱਲ ਪਈ। ਆਹੀ ਗੱਲ ਤੋਂ ਤਾਂ ਬੇਬੇ ਮੈਂ ਹੈਰਾਨ ਹੋਈ ਜਾਂਦੀ, ਵੀ ਇਹਦੇ ਚ ਗੱਲ ਪੈਣ ਵਾਲੀ ਕਿਹੜੀ ਗੱਲ ਸੀ? ਇਹ ਗੱਲ ਬੇਬੇ ਹੋ ਆਰਾਮ ਨਾਲ ਵੀ ਕਰ ਸਕਦੀ ਸੀ, ਕਹਿ ਦਿੰਦੀ ਬੇਬੇ ਮੈਂ ਤੈਨੂੰ ਦੱਸਣਾ ਭੁੱਲ ਗਈ ਵੀ ਮੈਂ ਸਬਜ਼ੀ ਬਣਾਉਣੀ ਸੀ। ਹਾਂ ਹਾਂ ਫਿਰ ਕਿੱਡੀ ਕੁ ਗੱਲ ਸੀ ਜੇ ਮੈਨੂੰ ਆਰਾਮ ਨਾਲ ਸਮਝਾ ਦਿੰਦੀ, ਉੱਤੋਂ ਮੇਰੇ ਗੱਲ ਪੈ ਗਈ। ਜੇ ਫਿਰ ਕੁਲਦੀਪ ਆਇਆ, ਉਹ ਤਾਂ ਫਿਰ ਤੈਨੂੰ ਪਤਾ ਹੀ ਹੈ, ਉਹ ਤਾਂ ਉਸੇ ਦਾ ਪੱਖ ਲੈਂਦਾ ਹੁੰਦਾ। ਬਾਈ ਦੀ ਮਾੜੀ ਗੱਲ ਆ ਬੇਬੇ, ਉਹਨੇ ਦੋਹਾਂ ਜਾਣੀਆਂ ਦੀ ਗੱਲ ਸੁਣਨੀ ਸੀਗੀ, ਐਂ ਥੋੜੀ ਹੈ ਵੀ ਘਰ ਵਾਲੀ ਦੇ ਮਗਰ ਲੱਗ ਕੇ ਜਨਮ ਦੇਣ ਵਾਲੀ ਮਾਂ ਨਾਲ ਵਿਤਕਰਾ ਕਰੋ। ਤੇ ਹੋਰ ਮੇਰੀ ਤਾਂ ਉਹ ਕੋਈ ਗੱਲ ਸੁਣਦੇ ਹੀ ਨਹੀਂ, ਕਹੂਗਾ ਉਹੀ ਸਹੀ ਆ ਉਹੀ ਸਹੀ ਆ। ਬਹੁਤ ਮਾੜੀ ਗੱਲ ਆ ਬੇਬੇ ਬਾਈ ਦੀ, ਕੋਈ ਗੱਲ ਨੀ ਮੈਂ ਫੋਨ ਤੇ ਗੱਲ ਕਰੂ ਕੁਲਦੀਪ ਨਾਲ, ਵੀ ਇਹ ਕੀ ਕੀਤੀ ਤੈ। ਨਹੀਂ ਤਾਂ ਚੁੱਪ ਕਰਕੇ ਬਹਿ ਜਾ, ਕੋਈ ਗੱਲ ਨੀ ਕਰਨੀ ਉਹਨਾਂ ਨਾਲ, ਮੈਂ ਤਾਂ ਹੁਣ ਉੱਥੇ ਜਾਣਾ ਹੀ ਨਹੀਂ, ਤੇਰੇ ਕੋਲੇ ਰਹੂ। ਚੱਲ ਕੋਈ ਗੱਲ ਨੀ ਬੇਬੇ, ਰਹਿ ਪੀ ਤੂੰ, ਤੇਰੇ ਹੀ ਘਰ ਹੈਗਾ, ਅਸੀਂ ਕਿਹੜਾ ਤੈਨੂੰ ਜਵਾਬ ਦਿੱਤਾ, ਤੂੰ ਰਹੀ ਜਿੰਨਾ ਚਿਰ ਰਹਿਣਾਗਾ। ਚੱਲ ਠੀਕ ਆ, ਲਾਡੀ ਕਿੱਧਰ ਗਿਆ? ਇੱਥੇ ਪਿੰਡ ਚ ਹੀ ਗਿਆ ਬੇਬੇ, ਆਉਂਦਾ ਹੋਣਾ, ਕੱਲ ਨੂੰ MP ਜਾਣ ਦੀ ਸਲਾਹ ਕਰਦਾ ਸੀ, ਕਹਿੰਦਾ ਸੀਜਨ ਸੂਜਨ ਲਾ ਆਉਂਗਾ MP ਚ, ਤੇ ਕਹਿੰਦਾ ਚਾਚੀ ਪੈ ਜਾ ਕਰੂ ਤੇਰੇ ਕੋਲੇ, ਕਹਿੰਦਾ ਕਹਿ ਆਉਣਾ ਉਹਨੂੰ ਮੈਂ, ਨਾਲੇ ਕਹਿੰਦਾ ਜ਼ਮੀਨ ਦਾ ਠੇਕਾ ਠੂਕਾ ਫੜ ਲਿਆ ਮੈਂ, ਨਾਲੇ ਗੇੜਾ ਮਾਰਿਆ ਮਾ। ਚੱਲ ਹੁਣ ਤੂੰ ਆ ਗਈ, ਚਾਚੀ ਨੂੰ ਪਾਉਣ ਦੀ ਲੋੜ ਨੀ। ਅੱਛਾ ਅੱਛਾ ਕੋਈ ਗੱਲ ਨੀ, ਚੱਲ ਵਗ ਜੇ, ਮੈਂ ਤਾਂ ਹੁਣ ਤੇਰੇ ਕੋਲੇ ਹੀ ਆ, ਮੈਂ ਤਾਂ ਕਿਧਰੇ ਨੀ ਜਾਂਦੀ। ਠੀਕ ਆ ਬੇਬੇ, ਹੁਣ ਤੂੰ ਰਹੀ ਜਿੰਨਾ ਚਿਰ ਆਉਂਦਾ ਨੀ। ਚੰਗਾ ਹੋਰ। ਅੱਛਾ ਮੈਂ ਤਾਂ ਕਹਿ ਕਿਤੇ ਗੁਰਮੇਲ ਕੌਰ ਘਰੀ ਹੋਊਗੀ, ਮੈਂ ਸਾਹਿਬ ਕੋ ਨੂੰ ਕਿਹਾ ਵੀ ਤੇਰੀ ਮਾਸੀ ਨੂੰ ਮਿਲ ਕੇ ਆਈਏ ਆਪਾਂ, ਇਹੋ ਜਿਹਾ ਕੀ ਚੱਕਰ ਪੈ ਗਿਆ? ਚੱਕਰ ਕੀ ਪੈਣਾ ਸੀ ਮਾਸੀ, ਮਾੜੀ ਜੀ ਗੱਲ ਸੀ, ਸਬਜ਼ੀ ਪਿੱਛੇ ਲੜ ਪਈ। ਸਬਜ਼ੀ ਪਿੱਛੇ ਲੜ ਪਈ, ਮੈਂ ਸਮਝੀ ਨੀ ਤੇਰੀ ਗੱਲ। ਗੱਲ ਤਾਂ ਕੁਛ ਨੀ ਸੀ ਮਾਸੀ, ਲੈ ਸੁਣ ਲਾ। ਦੱਸਦੀਆਂ ਤੈਨੂੰ, ਲੈ ਦੱਸ, ਤੁਸੀਂ ਤਾਂ ਮਾੜੀ ਜੀ ਗੱਲ ਪਿੱਛੇ ਐਡਾ ਕੰਮ ਵਧਾ ਲਿਆ। ਉਹੀ ਤਾਂ ਗੱਲ ਹੈ ਕੁਲਦੀਪ, ਮੈਂ ਤਾਂ ਆਪ ਸੁਣ ਕੇ ਹੈਰਾਨ ਰਹਿ ਗਿਆ ਵੀ ਕਿੱਡੀ ਗੱਲ ਸੀ ਲੜਾਈ ਵਾਲੀ। ਗੱਲ ਤਾਂ ਕੋਈ ਵੀ ਨੀ ਬਾਈ ਸੇਵਕਾ, ਗੱਲ ਤਾਂ ਮਾਮੂਲੀ ਹੈ, ਰੌਲਾ ਤਾਂ ਹੁਣ ਬੇਬੇ ਦਾ। ਲੈ ਦੱਸ, ਲੜ ਕੇ ਤੁਰ ਗਈ ਸਾਡੇ ਨਾਲ। ਗਈ ਕਿੱਥੇ ਆ ਪੁੱਤ? ਮਾਸੀ ਜਸਪ੍ਰੀਤ ਕੋਲ। ਲੈ ਦੱਸ, ਤੁਸੀਂ ਉਹਨੂੰ ਰੋਕ ਲੈਂਦੇ, ਕਾਹਨੂੰ ਜਾਣ ਦੇਣੀ ਸੀ ਉਹ? ਮੈਂ ਤਾਂ ਮਾਸੀ ਬਥੇਰਾ ਰੋਕਿਆ ਸੀ, ਬਹੁਤ ਕੋਸ਼ਿਸ਼ ਕੀਤੀ ਰੋਕਣ ਦੀ, ਗੱਲ ਤਾਂ ਰੁਕੀ ਨੀ ਮੇਰੇ ਕਹੇ ਤੋਂ, ਤਾਂ ਉਹ ਤਾਂ ਬਾਹਰ ਨੂੰ ਤੁਰ ਗਈ। ਬਾਕੀ ਤੈਨੂੰ ਪਤਾ ਫਿਰ ਜਦੋਂ ਗੁੱਸੇ ਚ ਹੁੰਦੀ ਆ ਉਹ ਕਿੱਥੇ ਰੁਕਦੀ ਆ, ਫਿਰ ਐਂ ਨੀ ਪਤਾ ਮੂਹਰੋਂ ਪੁੱਠਾ ਬੋਲੇ, ਫਿਰ ਮੈਂ ਤਾਂ ਬਾਹਲਾ ਕਹੀ ਨੀ। ਮਹਾਂ ਜਾਣ ਦੇ, ਚੱਲ ਕੋਈ ਹੋਰ ਕੀ ਹੈ। ਚੱਲ ਕੋਈ ਗੱਲ ਨੀ ਬਾਈ, ਮੇਰੀ ਗੱਲ ਸੁਣ ਬਾਈ, ਵੱਡੇ ਬੰਦੇ ਦਾ ਦਿਮਾਗ ਇਹੋ ਜਿਹਾ ਹੋ ਜਾਂਦਾ,
ਮਾੜੀ ਮਾੜੀ ਗੱਲ ਤੇ ਗੁੱਸਾ ਕਰ ਜਾਂਦਾ। ਬਾਈ ਤੁਹਾਡਾ ਫਰਜ਼ ਬਣਦਾ, ਤੁਸੀਂ ਮਾਸੀ ਨੂੰ ਘਰੇ ਲੈ ਕੇ ਆਓ। ਅਸੀਂ ਤਾਂ ਬਾਈ ਤਿਆਰ ਹਾਂ, ਅਸੀਂ ਤਾਂ ਕੱਲ ਵੀ ਗੱਲਾਂ ਕਰੀ ਜਾਂਦੇ ਸੀ। ਮੈਂ ਇਹਨਾਂ ਨੂੰ ਕਿਹਾ ਵੀ ਬੇਬੇ ਨੂੰ ਤੁਸੀਂ ਕਿਸੇ ਤਰ੍ਹਾਂ ਮਨਾ ਕੇ ਘਰੇ ਲੈ ਕੇ ਆਓ, ਐ ਤਾਂ ਬੰਦਾ ਭੈੜਾ ਲੱਗਦਾ। ਭੈੜਾ ਤਾਂ ਬਹੁਤ ਲੱਗਦਾ ਪੁੱਤ, ਚੱਲ ਕੋਈ ਗੱਲ ਨੀ, ਫੇਰ ਕੀ ਹੋ ਗਿਆ, ਤੇਰੀਆਂ ਮਾਵਾਂ ਵਰਗੀ ਆ ਉਹ, ਕੁਛ ਨੀ ਹੁੰਦਾ ਜੇ ਤੁਸੀਂ ਉਹਦੇ ਤੋਂ ਮਾਫ਼ੀ ਵੀ ਮੰਗ ਲਓਗੇ। ਹੋਣਾ ਤਾਂ ਕੀ ਆ ਮਾਸੀ, ਮੈਂ ਤਾਂ ਮਾਫ਼ੀ ਮੰਗਣ ਨੂੰ ਵੀ ਤਿਆਰ ਹਾਂ, ਚੱਲ ਜੇ ਬੇਬੇ ਨੂੰ ਮੇਰੀ ਕਿਸੇ ਗੱਲ ਦਾ ਗੁੱਸਾ ਲੱਗਿਆ ਤਾਂ, ਪਰ ਮੈਂ ਬੇਬੇ ਨੂੰ ਕਿਹਾ ਕੁਛ ਨੀ, ਬਿਨਾਂ ਕਿਸੇ ਗੱਲ ਤੋਂ ਮਾਸੀ ਲੜਾਈ ਪਾ ਲਈ ਬੇਬੇ ਨੇ। ਚੱਲ ਕੋਈ ਗੱਲ ਨੀ ਪੁੱਤ, ਆਏ ਨੀ ਕਰੀਦਾ ਹੁੰਦਾ, ਫੇਰ ਵੀ ਤੁਹਾਡੀ ਮਾਂ ਹੈ, ਕੱਲ ਨੂੰ ਲੈ ਕੇ ਆਓ ਉਹਨੂੰ ਤੁਸੀਂ ਜਾ ਕੇ। ਚੱਲ ਕੋਈ ਗੱਲ ਨੀ ਮਾਸੀ, ਮੈਂ ਲੈ ਆਊਂ ਕੱਲ ਨੂੰ ਜਾ ਕੇ। ਠੀਕ ਹੈ ਪੁੱਤ, ਹਾਂ ਚੱਲ ਤੁਸੀਂ ਕਰੋ ਗੱਲਾਂ, ਮੈਂ ਚਾਹ ਬਣਾ ਕੇ ਲਿਆਉਣੀ। ਹਾਂ ਬਣਾ ਲੈ। ਮਨਦੀਪ ਹਾਂਜੀ, ਕੱਪੜੇ ਕੱਢ ਦੇ ਮੇਰੇ, ਫਿਰ ਮੈਂ ਬੇਬੇ ਨੂੰ ਲੈ ਆਵਾਂ ਜਾ ਕੇ। ਕੱਢ ਦਿੰਨੀ ਆ ਕੋਈ, ਲੈ ਆਓ। ਨਾ ਠੀਕ, ਮੈਂ ਬੇਬੇ ਤੈਨੂੰ ਲੈਣ ਆਏਗਾ। ਮੈਂ ਨੀ ਜਾਣਾ ਭਾਈ ਤੇਰੇ ਨਾਲ, ਆਏ ਨੀ ਕਰੀਦਾ ਹੁੰਦਾ ਬੇਬੇ, ਚੱਲ ਮੈਂ ਮਾਫ਼ੀ ਮੰਗਦਾ ਬਸ। ਬਾਈ ਤੂੰ ਨਿਰਾ ਪੂਰਾ ਭਾਬੀ ਦੇ ਮੰਗਰ ਵੀ ਨਾ ਲੱਗਿਆ ਕਰ, ਬੇਬੇ ਦੀ ਵੀ ਗੱਲ ਸੁਣ ਲਿਆ ਕਰ ਮਾੜੀ ਮੋਟੀ। ਲੈ ਸੁਣਦਾ ਕਿਉਂ ਨੀ ਭੈਣੇ ਗੱਲ ਬੇਬੇ ਦੀ, ਸੁਣਦਾ ਹੁੰਦਾ, ਐਵੇਂ ਬੇਬੇ ਨੂੰ ਗਲਤ ਫਹਿਮੀ ਹੋ ਗਈ ਵੀ ਮੈਂ ਉਹਦੇ ਮਗਰ ਲੱਗਿਆ ਹੋਇਆ। ਆਹੋ ਆਹੋ ਮੈਨੂੰ ਪਤਾ ਹੀ ਹੈ, ਹੋ ਗਈ ਗਲਤ ਫਹਿਮੀ, ਤੂੰ ਤਾਂ ਤੀਵੀਂ ਦਾ ਗੁਲਾਮ ਹੈ, ਤੀਵੀਂ ਦਾ। ਲੈ ਦੇਖ ਲੈ ਭੈਣੇ ਕਿਹੋ ਜਿਹੀਆਂ ਗੱਲਾਂ ਕਰਦੀ ਹੈ, ਮੈਂ ਤਾਂ ਕੀ ਦੇਖ ਲਿਆ ਉਹਦੀ ਗੁਲਾਮੀ ਕਰਦਾ ਮੈਂ, ਹੈਂ ਇਹੋ ਜਿਹੀਆਂ ਗੱਲਾਂ ਨੀ ਕਰਦੇ ਹੁੰਦੇ ਐਵੇਂ। ਚੱਲ ਮੈਂ ਤੈਨੂੰ ਲੈਣ ਆਇਆ। ਨਹੀਂ ਮੈਂ ਨੀ ਜਾਣਾ ਤੇਰੇ ਨਾਲ। ਲੈ ਭੈਣੇ ਤੂੰ ਸਮਝਾ ਦੇ ਮਾੜਾ ਮੋਟਾ, ਹੁਣ ਤਾਂ ਮੈਂ ਮਾਫ਼ੀ ਮੰਗੀ ਜਾਂਦਾ ਤੂੰ। ਚੱਲ ਦੇਖ ਲੈ ਬੇਬੇ ਬਾਈ, ਮਾਫ਼ੀ ਮੰਗੀ ਜਾਂਦਾ ਤੇਰੇ ਤੋਂ, ਵਗ ਜਾ ਫਿਰ। ਨਾ ਇਹਦੀ ਮਾਫ਼ੀ ਮੰਗੇ ਤਾਂ ਕੀ ਹੋ ਜੂਗਾ, ਲੜੀ ਤਾਂ ਮੇਰੇ ਨਾਲ ਹੋਤੀ। ਕੋਈ ਗੱਲ ਨੀ ਬੇਬੇ, ਉਹ ਵੀ ਮਾਫ਼ੀ ਮੰਗ ਲੂਗੀ, ਤੂੰ ਘਰੇ ਤਾਂ ਚੱਲ, ਉਹ ਤਾਂ ਮਾਫ਼ੀ ਮੰਗਣ ਨੂੰ ਤਿਆਰ ਹੈ। ਆਹ ਮੰਗਣੀ ਤੇ ਉਹਨੇ ਮਾਫ਼ੀ ਮੇਰੇ ਤੋਂ, ਜੇ ਉਹਨੇ ਮਾਫ਼ੀ ਮੰਗਣੀ ਹੁੰਦੀ ਉਹ ਤੇਰੇ ਨਾਲ ਨਾ ਆਈ। ਬੇਬੇ ਫਿਰ ਆਪਾਂ ਨੂੰ ਤਿੰਨਾਂ ਜਾਣਿਆਂ ਨੂੰ ਜਾਣਾ ਔਖਾ ਹੋ ਜਾਣਾ ਸੀ ਮੋਟਰਸਾਈਕਲ ਤੇ, ਉਹ ਤਾਂ ਨਹੀਂ ਆਈ। ਕੋਈ ਗੱਲ ਨੀ, ਤੂੰ ਘਰੇ ਤਾਂ ਚੱਲ, ਮੰਗ ਲੂਗੀ ਮਾਫ਼ੀ ਦੱਸੋ। ਨਹੀਂ ਭਾਈ ਮੈਂ ਨੀ ਜਾਣਾ, ਜਿੰਨੇ ਚਿਰ ਉਰੇ ਆ ਕੇ ਉਹ ਮਾਫ਼ੀ ਨੀ ਮੰਗਦੀ, ਘਰੇ ਗਈ ਤਾਂ ਮੈਂ ਇੱਥੋਂ ਮੰਗੀ ਖੜੀ ਆ ਮਾਫ਼ੀ। ਲੈ ਦੱਸ ਕਮਾਲ ਹੋ ਗਈ, ਬੇਬੇ ਜਦੋਂ ਮੈਂ ਕਹੀ ਜਾਂਦਾ ਤੈਨੂੰ ਵੀ ਭਾਈ ਮੰਗ ਲੂਗੀ ਮਾਫ਼ੀ। ਨਹੀਂ ਮੈਂ ਨੀ ਜਾਣਾ, ਜਦੋਂ ਮੈਂ ਤੈਨੂੰ ਕੇਰਾ ਕਹਿਤਾ। ਚੱਲ ਠੀਕ ਆ ਭੈਣੇ, ਫਿਰ ਮੈਂ ਤਾਂ ਜਾਣਾ ਹੈ। ਬਹਿ ਜਾਂਦਾ ਬਾਈ ਥੋੜਾ ਚਿਰ ਹੋਰ। ਨਾ ਨਾ ਬਸ, ਚੱਲ ਕੋਈ ਨੀ, ਫਿਰ ਮੈਂ ਲੈ ਆਊਂਗਾ ਕਿੱਧਰ ਦਿਨ ਤੱਕ। ਚੱਲ ਚੰਗਾ ਬਾਈ। ਆ ਗਏ ਤੁਸੀਂ? ਆ ਗਿਆ ਮੰਨੀ। ਬੇਬੇ ਨਹੀਂ ਆਈ ਨਾਲ? ਆਈ ਨਹੀਂ ਬੇਬੇ ਤੋਂ। ਕਿਉਂ, ਹੁਣ ਕੀ ਕਹਿੰਦੀ ਆ? ਬੇਬੇ ਤਾਂ ਐਂ ਕਹਿੰਦੀ ਆ, ਮਨਦੀਪ ਕਹਿੰਦੀ, ਮਨਦੀਪ ਮੈਥੋਂ ਮਾਫ਼ੀ ਮੰਗੇ ਆ ਕੇ, ਫੇਰ ਆਉਂਗੀ। ਲੈ ਦੱਸ, ਮੈਨੂੰ ਬੇਬੇ ਦੀ ਸਮਝ ਨਹੀਂ ਆਉਂਦੀ, ਵੀ ਤੂੰ ਘਰੇ ਤਾਂ ਆ ਜਾ, ਮੈਂ ਘਰੇ ਆਈ ਤਾਂ ਮਾਫ਼ੀ ਮੰਗ ਹੀ ਲੈਣੀ ਸੀ। ਬੇਬੇ ਤਾਂ ਯਾਰ ਜਿੱਦ ਦਿਹਾੜੀ ਬੈਠੀ ਆ, ਮੈਂ ਤਾਂ ਬਹੁਤ ਮਿਹਨਤਾਂ ਕਰੀਆਂ ਉਹਦੀਆਂ। ਇਹ ਤਾਂ ਬੇਬੇ ਦੀ ਜਮਾਂ ਨਜਾਇਜ਼ ਗੱਲ ਆ। ਨਜਾਇਜ਼ ਤਾਂ ਹੈਗੀ ਵੀ ਆ, ਫੇਰ ਹੁਣ ਕੀ ਕਰੀਏ ਯਾਰ ਮਨਦੀਪ, ਤੈਨੂੰ ਪਤੀ ਆ ਬੇਬੇ ਦਾ, ਹੈ ਜੇ ਆਪਾਂ ਮੂਹਰੋਂ ਆਕੜਦੇ ਆ ਫਿਰ ਅਗਲਾ ਕਹਿੰਦਾ ਬੇਬੇ ਦੀ ਖਬਰ ਨਹੀਂ ਸਾਰ ਨਹੀਂ ਲੈਂਦੇ। ਕੱਲ ਨੂੰ ਚੱਲੀਏ ਫਿਰ ਆਪਾਂ? ਕੋਈ ਗੱਲ ਨੀ, ਬਾਗ ਚੱਲਾਂਗੇ, ਮੰਗ ਲੂ ਮੈਂ ਮਾਫ਼ੀ ਬੇਬੇ ਤੋਂ, ਜੇ ਬੇਬੇ ਵੱਡੀ ਹੋ ਜਾਊ ਮੇਰੇ ਤੋਂ ਮਾਫ਼ੀ ਮੰਗਾ ਕੇ ਤਾਂ ਮੈਂ ਮੰਗ ਲੂ ਮਾਫ਼ੀ। ਮੈਂ ਪਾਣੀ ਲਿਆਉਣੀ ਆ ਤੁਹਾਨੂੰ। ਲਿਆ ਚੱਲ ਬੇਬੇ, ਮੇਰੇ ਤੋਂ ਗਲਤੀ ਹੋ ਗਈ, ਮੈਂ ਤੇਰੇ ਤੋਂ ਮਾਫ਼ੀ ਮੰਗਦੀ ਆ। ਲੈ ਠੀਕ ਹੈ ਮਾਂ, ਹੁਣ ਤਾਂ ਭਾਬੀ ਨੇ ਤੇਥੋਂ ਮਾਫ਼ੀ ਮੰਗ ਲਈ। ਤੇ ਹੋਰ ਬੇਬੇ, ਮੈਂ ਵੀ ਤੇਥੋਂ ਮਾਫ਼ੀ ਮੰਗਦਾ, ਜੇ ਸਾਡੇ ਤੋਂ ਕੋਈ ਗਲਤੀ ਹੋਈ ਆ ਸਾਨੂੰ ਮਾਫ਼ ਕਰ ਦੇ। ਨਾ ਹਾਲੇ ਸਾਨੂੰ ਗਲਤੀ ਦਾ ਪਤਾ ਹੀ ਨਹੀਂ। ਚੱਲ ਬੇਬੇ, ਮੈਂ ਤੇਰੇ ਤੋਂ ਗਲਤੀ ਮੰਨਦੀ ਆ।
ਮੈਨੂੰ ਦੱਸਣਾ ਚਾਹੀਦਾ ਸੀਗਾ ਵੀ ਮੈਂ ਛੋਲੇ ਦੀ ਸਬਜ਼ੀ ਬਣਾਉਂਗੀ, ਬਸ ਗਲਤ ਫਹਿਮੀ ਕਰਕੇ ਕਲੇਸ਼ ਪੈ ਗਿਆ। ਚੱਲ ਕੋਈ ਗੱਲ ਨੀ, ਜਿਹੜਾ ਕੁਛ ਹੋਣਾ ਸੀ ਹੋ ਗਿਆ, ਪਿਛਲੀਆਂ ਗੱਲਾਂ ਭੁੱਲ ਜਾਓ ਹੁਣ ਤੁਸੀਂ, ਠੀਕ ਹੈ? 2 ਘੰਟੇ 2 ਘੰਟੇ ਆਰਾਮ ਕਰੋ ਤੁਸੀਂ, ਫੇਰ ਠੰਡੇ ਜਿਹੇ ਵਗ ਜਾਓ, ਜਾਊਗੀ ਬੇਬੇ ਤੁਹਾਡੇ ਨਾਲ। ਠੀਕ ਹੈ ਭੈਣੇ? ਹਾਂ ਵਗ ਜੀ ਬੇਬੇ ਹੁਣ, ਠੀਕ ਹੈ? ਗੱਲ ਕੀ ਹੋ ਗਈ ਸੀ ਭਾਬੀ ਇਹ ਜੀ? ਨੀ ਭੈਣੇ ਗੱਲ ਕੀ ਹੋਣੀ ਆ, ਮੈਂ ਦੱਸਦੀ ਆ ਤੈਨੂੰ ਸਾਰੀ ਗੱਲ। ਨੀ ਭੈਣੇ ਜਦੋਂ ਮੈਂ ਰੋਟੀ ਖਾਈ ਜਾਂਦੀ ਸੀ, ਬੇਬੇ ਕਿਤੇ ਕੋਲੋਂ ਦੀ ਟੱਪੀ ਜਾਂਦੀ ਸੀ, ਇਹਨੇ ਕਿਤੇ ਦੇਖ ਲਈ ਸਬਜ਼ੀ। ਇਹ ਮੈਨੂੰ ਕਹਿੰਦੀ ਤੂੰ ਮੈਨੂੰ ਦੱਸਿਆ ਕਿਉਂ ਨਾ ਵੀ ਆਪਾਂ ਛੋਲੇ ਦੀ ਸਬਜ਼ੀ ਬਣਾਈ ਆ, ਤੂੰ ਮੈਨੂੰ ਦਾਲ ਨਾਲ ਰੋਟੀ ਦੇਤੀ। ਮੈਂ ਕਿਹਾ ਬੇਬੇ ਤੂੰ ਮੈਨੂੰ ਆਪ ਹੀ ਕਿਹਾ ਸੀਗਾ ਵੀ ਮੈਨੂੰ ਭਾਈ 2 ਰੋਟੀਆਂ ਲਾ ਦੇ, ਮੈਂ ਕਿਹਾ ਚੱਲ ਮੈਂ ਲਾ ਦਿੰਨੀ ਆ। ਫਿਰ ਮੈਂ ਕਿਹਾ ਬੇਬੇ ਜੇ ਤੇਰਾ ਛੋਲੇ ਦੀ ਸਬਜ਼ੀ ਨਾਲ ਰੋਟੀ ਖਾਣ ਨੂੰ ਜੀ ਕਰਦਾ ਮੈਂ ਲਾ ਦਿੰਨੀ ਆ ਤੈਨੂੰ ਰੋਟੀ, ਪਰ ਬੇਬੇ ਨੇ ਮੇਰੀ ਕੋਈ ਗੱਲ ਨਹੀਂ ਸੁਣੀ। ਮੈਂ ਬਹੁਤ ਕੋਸ਼ਿਸ਼ ਕੀਤੀ ਬੇਬੇ ਨੂੰ ਸਮਝਾਉਣ ਦੀ, ਬੇਬੇ ਲੜਾਈ ਵਾਲੀ ਗੱਲ ਕਰੇਗੀ, ਬਸ ਨਜਾਇਜ਼ ਲੜੀ ਆ ਮੇਰੇ ਨਾਲ। ਲੈ ਦੱਸ ਬੇਬੇ ਤਾਂ ਮੈਨੂੰ ਕਹਿੰਦੀ ਆ ਕਿ ਮੈਂ ਰਾਮ ਨਾਲ ਪੁੱਛਿਆ ਸੀ ਮਨਦੀਪ ਨੂੰ, ਆ ਕੇ ਮਨਦੀਪ ਗੱਲ ਪੈ ਗਈ ਮੇਰੇ। ਹਾਏ ਲੈ ਦੱਸ ਬੇਬੇ ਕਿੰਨਾ ਝੂਠ ਬੋਲਦੀ ਆ, ਮੈਂ ਭਲਾਂ ਦੀ ਬੇਬੇ ਤੇ ਗੱਲ ਪੈ ਸਕਦੀ ਆ? ਭੈਣੇ ਤੈਨੂੰ ਪਤਾ ਤਾਂ ਹੈਗਾ ਬੇਬੇ ਦੇ ਸੁਭਾਅ ਦਾ। ਹਾਂ ਉਹ ਤਾਂ ਪਤਾ ਹੀ ਆ ਬਾਈ, ਕੱਲ ਪਰਸੋਂ ਮੇਰੇ ਨਾਲ ਵੀ ਰੁੱਸੀ ਫਿਰਦੀ ਸੀ ਪਤਾ ਨੀ ਕਿਹੜੀ ਗੱਲ ਤੇ। ਮੈਨੂੰ ਕਹਿੰਦੀ ਮੈਂ ਤਾਂ ਤੇਰੇ ਮਾਮੇ ਕੋਲੇ ਜਾਂਦੀ ਆ, ਮੈਂ ਤਾਂ ਮਸਾਂ ਰੋਕੀ ਬਾਈ ਉਹ। ਲੈ ਦੱਸ ਭੈਣੇ ਕਮਾਲ ਹੋ ਗਈ, ਹੈਂ ਤੇਰੇ ਨਾਲ ਕਿਹੜੀ ਗੱਲ ਤੋਂ ਗੁੱਸੇ ਹੋ ਗਈ? ਕੀ ਪਤਾ ਬਾਈ ਕਿਹੜੀ ਗੱਲ ਤੋਂ ਗੁੱਸੇ ਹੋ ਗਈ, ਮੈਂ ਤਾਂ ਬਥੇਰਾ ਪੁੱਛਿਆ ਉਹਨੂੰ, ਉਹਨੇ ਮੈਨੂੰ ਦੱਸਿਆ ਹੀ ਨਹੀਂ। ਉਹ ਮੈਨੂੰ ਪਤਾ ਜ਼ਰੂਰ ਲੱਗ ਗਿਆ ਸੀ ਵੀ ਕਿਸੇ ਨਾ ਕਿਸੇ ਗੱਲ ਤੇ ਤਾਂ ਉਹ ਗੁੱਸੇ ਹੋਈ ਆ ਮੇਰੇ ਨਾਲ। ਚੱਲ ਹੋ ਗਈ ਹੋਣੀ ਕੋਈ ਨਿੱਕੀ ਮੋਟੀ ਗੱਲ, ਆ ਮੇਰੇ ਤਾਂ ਧਿਆਨ 'ਚ ਨਹੀਂ। ਉਹੀ ਤਾਂ ਗੱਲ ਆ ਭੈਣੇ, ਇਹ ਤਾਂ ਮਾੜੀ ਮਾੜੀ ਗੱਲ ਤੇ ਗੁੱਸਾ ਕਰ ਜਾਂਦੀ ਆ। ਚੱਲ ਕੋਈ ਗੱਲ ਨਹੀਂ ਭਾਬੀ, ਤੂੰ ਵੀ ਮਾੜਾ ਮੋਟਾ ਸਮਝਾ ਬੁਝਾ ਕੇ ਰੱਖਿਆ ਕਰ। ਨਹੀਂ ਨਹੀਂ ਭੈਣੇ, ਅਸੀਂ ਤਾਂ ਕੋਈ ਇਹੋ ਜਿਹੀ ਗੱਲ ਹੀ ਨਹੀਂ ਕਰਦੇ। ਤੇਰੇ ਸਾਹਮਣੇ 20 ਵਾਰੀ ਮਾਫ਼ੀ ਮੰਗੀ ਆ ਮੈਂ ਬੇਬੇ ਤੋਂ, ਮੈਂ ਸੋਚ ਲੈਂਦੀ ਆ ਵੀ ਚੱਲ ਕੋਈ ਗੱਲ ਨਹੀਂ, ਫਿਰ ਵੀ ਮੇਰੀ ਮਾਂ ਆ। ਹਾਂ ਹਾਂ ਭਾਬੀ, ਇਹ ਤਾਂ ਤੇਰੀ ਗੱਲ ਸਹੀ ਹੈ। ਖੇੜੇ ਤਾਂਸ? ਹਾਂ ਹਾਂ। ਅੱਜ ਤਾਂ ਨਾ ਮਨਦੀਪ ਬੰਦੇ ਬਹੁਤ ਹੋ ਗਏ ਸੀ, ਪੂਰੀਆਂ ਰੌਣਕਾਂ ਲੱਗੀਆਂ ਪਈਆਂ ਸੀ ਜਰਨੈਲ ਕੇ ਫੱਟੇ ਤੇ। ਅੱਛਾ ਅੱਛਾ, ਚੱਲ ਵਧੀਆ ਗੱਲ ਆ, ਪਾਣੀ ਲੈ ਕੇ ਆਵਾਂ? ਨਾ ਨਾ ਪਾਣੀ ਨਹੀਂ ਪੀਣਾ, ਜਰਨੈਲ ਨਾ ਉੱਥੇ ਠੰਡੇ ਪਾਣੀ ਵਾਲਾ ਕੈਂਪਰ ਜਿਹਾ ਲਿਆ ਕੇ ਰੱਖ ਦਿੰਦਾ, ਤੈਨੂੰ ਪਤਾ ਤਾਂ ਹੈਗਾ। ਅੱਛਾ ਅੱਛਾ। ਓਏ ਹਾਂ ਸੱਚ ਮੇਰੀ ਗੱਲ ਸੁਣਾ, ਉੱਥੇ ਨਾ ਰੂਪੇ ਨੂੰ ਬੰਦੇ ਪੁੱਛੀ ਜਾਂਦੇ ਸੀ ਵੀ ਅਸੀਂ ਸੁਣਿਆ ਤੇਰੇ ਘਰ ਵਾਲੀ ਰੁੱਸ ਕੇ ਵਗੀ। ਉਹ ਕਹਿੰਦਾ ਹਾਂ ਯਾਰ ਮੇਰੀ ਬੀਬੇ ਨਾਲ ਲੜ ਪਈ ਸੀ ਤਾਂ ਰੁੱਸ ਕੇ ਵਗੀ, ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਲੋਕਾਂ ਨੂੰ ਹੋਇਆ ਕੀ ਪਿਆ। ਉਹੀ ਤਾਂ ਗੱਲ ਆ, ਗੁੱਸੇ ਬਹੁਤ ਵਧੇ ਪਏ ਆ ਲੋਕਾਂ 'ਚ। ਚੱਲ ਵਧੀਆ ਹੋ ਗਿਆ ਆਪਾਂ ਬੇਬੇ ਨੂੰ ਲੈ ਆਏ, ਨਹੀਂ ਬਦਨਾਮੀ ਬਾਹਲੀ ਹੋ ਜਾਂਦੀ ਪਿੰਡ 'ਚ ਜੇ ਕਿਸੇ ਨੂੰ ਪਤਾ ਲੱਗ ਜਾਂਦਾ। ਬਦਨਾਮੀ ਵਾਲੀ ਗੱਲ ਤਾਂ ਹੋਣੀ ਹੋਈ ਐ, ਹੈਂ ਅਗਲਾ ਕਹਿੰਦਾ ਸੀ ਸਾਹਮਣੇ ਨਹੀਂ ਹੋਣੀ ਵੀ ਤਾਂ ਅਸੀਂ ਤਾਂ ਰੁੱਸ ਕੇ ਗਈ ਐ। ਉਹੀ ਤਾਂ ਗੱਲ ਆ, ਜਿੰਨੇ ਮੂੰਹ ਓਨੀਆਂ ਗੱਲਾਂ ਹੁੰਦੀਆਂ ਨੇ। ਲੈ ਮੈਂ ਮੱਝਾਂ ਮੰਨਿਆ ਮੈਂ ਕੱਖਾਂ ਤੇ ਬੰਨੇ ਹੋ, ਮੈਂ ਵੀ ਕੱਪੜੇ ਜੇ ਸਾਂਭਦੀ ਆ। ਮੇਰੀ ਗੱਲ ਸੁਣ ਮਨਦੀਪ, ਜਦੋਂ ਤੂੰ ਕੱਪੜੇ ਧੋਤੇ ਮੇਰਾ ਸੂਟ ਧੋਣ ਆਇਆ ਸੀ, ਕਿਉਂ ਨਹੀਂ ਧੋਤਾ? ਅੱਛਾ ਬੇਬੇ, ਇਹ ਧੋਣ ਵਾਲਾ ਸੀ, ਮੈਨੂੰ ਪਤਾ ਨਹੀਂ ਸੀ, ਦੱਸਣਾ ਸੀ ਫਿਰ ਬੇਬੇ ਤੂੰ ਮੈਨੂੰ। ਮੈਂ ਤੈਨੂੰ ਆਪ ਨੂੰ ਨਹੀਂ ਪਤਾ ਸੀ ਵੀ ਇਹ ਧੋਣ ਵਾਲੇ ਕੱਪੜੇ ਮੈਂ ਇੱਧਰ ਕਿੱਲੀ ਤੇ ਟੰਗਦੇ ਨਹੀਂ ਹੁੰਨੀ ਆ, ਵੀ ਕਿੱਲੀ ਤੇ ਪਏ ਨੇ ਕੱਪੜੇ ਧੋ ਦਿਆਂ। ਨਹੀਂ ਨਹੀਂ ਬੇਬੇ, ਮੈਨੂੰ ਪਤਾ ਨਹੀਂ ਲੱਗਿਆ ਵੀ ਆਹ ਧੋਣ ਵਾਲੇ ਕੱਪੜੇ ਆ, ਤੈਨੂੰ ਪਤਾ ਤਾਂ ਹੈ ਆਪਾਂ ਕੁਰਸੀ ਤੇ ਰੱਖ ਦਿੰਦੇ ਆ ਧੋਣ ਵਾਲੇ ਕੱਪੜੇ, ਉੱਥੇ ਜਿਹੜਾ ਤੇਰਾ ਬੇਬੇ ਸੂਟ ਪਿਆ ਸੀ ਮੈਂ ਉਹ ਧੋਤਾ, ਮੈਂ ਕਿਹਾ ਕਿਤੇ ਉਹੀ ਸੂਟ ਆ ਧੋਣ ਵਾਲਾ। ਧੋਤਾ ਤੇ ਤੈ ਉਹੀ, ਤੈਨੂੰ ਐ ਨਹੀਂ ਪਤਾ ਲੱਗਾ ਵੀ ਲੰਬਰਦਾਰਾਂ ਦੇ ਭੋਗ ਤੇ ਗਈ ਸੀ ਮੈਂ ਪਾ ਕੇ ਸੂਟ ਵੀ ਧੋਣ ਵਾਲਾ ਇਹ? ਨਹੀਂ ਬੇਬੇ, ਮੇਰਾ ਧਿਆਨ ਨਹੀਂ ਰਿਹਾ, ਤੂੰ ਮੈਨੂੰ ਦੱਸ ਦੇਣਾ ਸੀ ਜਾਂ ਤੂੰ ਕੁਰਸੀ ਤੇ ਰੱਖ ਦਿੰਦੀ ਮੈਂ ਧੋ ਦੇਣਾ ਸੀ, ਮੈਨੂੰ ਪਤਾ ਨਹੀਂ ਲੱਗਿਆ। ਚੱਲ ਕੋਈ ਗੱਲ ਨਹੀਂ ਬੇਬੇ, ਮੈਂ ਕੱਲ ਨੂੰ ਧੋ ਦੂੰਗੀ। ਧੋ ਦੇਂਗੀ ਤੂੰ ਕੱਲ ਨੂੰ? ਮੈਨੂੰ ਪਤਾ ਸਾਰਾ, ਜਾਣ ਜਾਣ ਕੇ ਮੈਨੂੰ ਹੈਰਾਨ ਕਰਦੀ ਆਂ ਤੂੰ। ਲੈ ਦੱਸ ਕਮਾਲ ਹੋ ਗਈ ਬੇਬੇ ਤੇਰੀ, ਮੈਨੂੰ ਕੀ ਲੋੜ ਆ ਤੈਨੂੰ ਹੈਰਾਨ ਕਰਨ ਦੀ? ਕੀ ਹੋ ਗਿਆ ਹੈ? ਕੀ ਹੋਣਾ ਸੀ ਕੁਲਦੀਪ, ਮੇਰੇ ਕੱਪੜੇ ਨਹੀਂ ਧੋਤੇ ਨੇ, ਮੈਨੂੰ ਜਾਣ ਜਾਣ ਕੇ ਹੈਰਾਨ ਕਰਦੀ ਆ, ਇੱਕ ਤਾਂ ਮੇਰੇ ਉਂ ਗੋਡੇ ਦੁਖਦੇ ਨੇ। ਚੱਲ ਕੋਈ ਨੀ ਬੇਬੇ, ਬਹਿ ਜਾ। ਹੋਰ ਖੜੇ ਕਾਨੂੰ?
ਲੈ ਦੱਸ ਬੇਬੇ, ਜਾਣ ਬੁੱਝ ਕੇ ਹੈਰਾਨ ਕਰਨ ਵਾਲੀ ਕਿਹੜੀ ਗੱਲ ਆ? ਮੈਂ ਦੂਜਾ ਵੀ ਤਾਂ ਧੋਤਾ ਹੀ ਆ, ਤੂੰ ਇਹ ਵੀ ਰੱਖ ਦਿੰਦੀ ਕੁਰਸੀ ਤੇ ਮੈਂ ਧੋ ਦੇਣਾ ਸੀ। ਧੋਤਾ ਤੀ ਤੈਂ ਦੂਜਾ। ਚੱਲ ਕੋਈ ਗੱਲ ਨੀ ਬੇਬੇ, ਹੁਣ ਧੋ ਦੂਗੀ, ਧੋ ਦੇ ਮਨਦੀਪ। ਚੱਲ ਕੋਈ ਗੱਲ ਨੀ, ਮੈਂ 4 ਵਜੇ ਧੋ ਦੂੰਗੀ। ਲੈ ਦੇਖ ਲੈ ਕੁਲਦੀਪ, ਇਹਨੇ ਕਾਹਦਾ ਧੋਣਾ ਸੀ, ਤਾਂ ਹੀ ਛੱਡਿਆ ਸੀ ਮੇਰਾ ਸੂਟ ਇਹਨੇ, ਜਾਣ ਜਾਣ ਕੇ ਠਿੱਠ ਕਰਦੀ ਆ। ਨਾ ਧੋਣਾ ਕਿਉਂ ਨੀ ਬੇਬੇ, ਤੂੰ ਮੈਨੂੰ ਐ ਦੱਸ, ਤੂੰ ਪਾ ਕੇ ਜਾਣਾ ਕਿਤੇ? ਹੁਣ ਜਦੋਂ ਮੈਂ ਤੈਨੂੰ ਕਹਿਤਾ ਸ਼ਾਮ ਨੂੰ 4 ਵਜੇ ਬੇਬੇ ਮੈਂ ਧੋ ਦੂੰਗੀ, ਹੁਣ ਬੇਬੇ ਮੈਂ ਸਾਰਾ ਕੰਮ ਧੰਦਾ ਕਰਕੇ ਮਸਾਂ ਬੈਠੀ ਸੀ। ਆਹੋ ਆਹੋ, ਤੇਰਾ ਮੋਬਾਈਲ ਦੇਖਣਾ ਜ਼ਿਆਦਾ ਜ਼ਰੂਰੀ ਹੈ। ਨਾ ਕਿਉਂ ਬੇਬੇ, ਫਿਰ ਬਿਨਾਂ ਗੱਲ ਤੋਂ ਤੂੰ ਭਕਾਈ ਮਾਰੀ ਜਾਂਦੀ ਆ। ਨਹੀਂ ਤੂੰ ਮੂੰਹ ਸੰਭਾਲ ਕੇ ਗੱਲ ਕਰ ਮੇਰੇ ਨਾਲ, ਨਹੀਂ ਮੈਂ ਚਪੇੜਾ ਮਾਰਨਾ ਮੂੰਹ ਤੇ। ਲੈ ਆਹ ਦੇਖ ਲੋ। ਬੇਬੇ ਕਿਉਂ ਐ ਬਿਨਾਂ ਗੱਲ ਤੋਂ ਲੜਾਈ ਪਾਉਣੀ ਹੁੰਦੀ ਆ? ਮਨਦੀਪ ਤੂੰ ਵੀ ਐ ਨਹੀਂ ਆ ਯਾਰ, ਹੁਣ ਵੀ ਧੋਣਾ ਬਾਅਦ ਚ ਵੀ ਧੋਣਾ, ਤੂੰ ਹੁਣੀ ਧੋ ਦੇ। ਚੱਲ ਕੋਈ ਗੱਲ ਨੀ, ਧੋ ਦਿੰਨੀ ਆ ਸੂਟ ਤਾਂ ਮੈਂ ਹੁਣ, ਪਰ ਇਹਦੇ ਵਿੱਚ ਥੱਪੜ ਮਾਰਨ ਵਾਲੀ ਕਿਹੜੀ ਗੱਲ ਹੋਗੀ? ਲਿਆ ਬੇਬੇ ਫੜਾ, ਮੈਂ ਧੋ ਦਿੰਨੀ ਆ। ਪਰਾਂ ਮਰਨੀ ਤੂੰ, ਧੋ ਦੂਗੀ ਇਹ ਸੂਟ ਹੁਣ, ਆਪੇ ਧੋ ਦੂੰਗੀ ਮੈਂ ਤਾਂ, ਤੇਰੇ ਭਰੋਸੇ ਥੋੜੀ ਬੈਠੀ ਆ ਮੈਂ ਕਿਤੇ ਭੁਲੇਖੇ ਚ ਫਿਰਦੀ ਹੋਵੇ। ਲੈ ਦੱਸੋ ਹੁਣ। ਉਹ ਚੱਲ ਛੱਡ ਬੇਬੇ, ਤੂੰ ਤਾਂ ਆਪ ਐਵੇਂ ਲੜਾਈ ਵਾਲੀਆਂ ਗੱਲਾਂ ਕਰਦੀ ਹੁੰਦੀ ਆ, ਫੜਾ ਦੇ ਹੁਣ, ਧੋਣ ਲੱਗੀ ਆ ਧੋ ਦੋਗੀ। ਨਾ ਕਿਉਂ ਫੜਾ ਦਿਆਂ, ਪਹਿਲਾਂ ਧੋ ਦਿੰਦੀ, ਪਹਿਲਾਂ ਕੀ ਹੋਇਆ ਸੀ ਇਹਨੂੰ? ਬੇਬੇ ਤੂੰ ਵੀ ਐਵੇਂ ਬਿਨਾਂ ਗੱਲ ਤੋਂ ਲੜਾਈ ਭਾਲਦੀ ਹੁੰਦੀ ਆ, ਕੋਈ ਗੱਲ ਨੀ ਹੁੰਦੀ, ਬਾਤ ਨੀ ਹੁੰਦੀ। ਆਹੋ ਆਹੋ, ਮੈਂ ਹੀ ਪਾਉਂਦੀ ਹਾਂ ਬਿਨਾਂ ਗੱਲ ਤਾਂ ਲੜਾਈ, ਇਹ ਤੇਰੇ ਘਰ ਵਾਲੀ ਤਾਂ ਜਮਾਂ ਸਹੀ ਹੈ ਨਾ, ਇਹ ਨੀ ਕੋਈ ਲੜਾਈ ਪਾਉਂਦੀ, ਮੈਂ ਹੀ ਪਾਉਂਦੀ ਹੁੰਦੀ ਆ। ਬੇਬੇ ਮੈਂ ਤਾਂ ਸਹੀ ਨੂੰ ਸਹੀ, ਗਲਤ ਨੂੰ ਗਲਤ ਕਹੂੰਗਾ, ਹੁਣ ਤੇਰੇ ਸਾਹਮਣੇ ਸੂਟ ਧੋਣ ਨੂੰ ਤਿਆਰ ਤਾਂ ਹੈ ਇਹ। ਚੱਲ ਬੇਬੇ ਵੀ ਨਹੀਂ ਨਿਗਾਹ ਪਈ ਹੋਣੀ, ਤੂੰ ਕੁਰਸੀ ਤੇ ਰੱਖ ਦਿੰਦੀ, ਜਿਹਨੇ ਠੱਠ ਕਰਨਾ ਹੁੰਦਾ ਤੈਨੂੰ ਜਾਣ ਕੇ, ਆ ਤੇਰਾ ਦੂਜਾ ਸੂਟ ਕਿਉਂ ਧੋਂਦੀ ਇਹ, ਫਿਰ ਤੇ ਵੀ ਛੱਡ ਦਿੰਦੀ। ਤੂੰ ਰਹਿਣ ਦੇ ਮੈਂ ਰਹਿਣ ਦੇ, ਤੂੰ ਤਾਂ ਚੁੱਪੀ ਹੋ ਜਾ, ਕਹੇਗਾ ਤੂੰ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ, ਤੈ ਤਾਂ ਮੇਰਾ ਪੱਖ ਕਦੇ ਲੈਣਾ ਹੀ ਨਹੀਂ ਹੁੰਦਾ, ਮੈਨੂੰ ਕਿਹੜਾ ਪਤਾ ਨਹੀਂ। ਬੇਬੇ ਫਿਰ ਤੇਰੇ ਸਾਹਮਣੇ ਸੂਟ ਧੋਣ ਨੂੰ ਤਿਆਰ ਤਾਂ ਹੈਗੀ ਉਹ। ਬੇ ਕੰਜਰਾ, ਤੂੰ ਮੈਨੂੰ ਗਲਤ ਕਹਿਣਾ ਨਾ, ਅੱਜ ਮੈਂ ਤੈਨੂੰ ਗਲਤ ਲੱਗਣ ਲੱਗ ਗਈ। ਕੋਈ ਗੱਲ ਨਹੀਂ ਕੋਈ ਨਹੀਂ, ਮੈਂ ਤਾਂ ਗਲਤ ਹੀ ਰਹੂੰਗੀ, ਤੁਸੀਂ ਰਹੋ ਸਹੀ। ਲੈ ਦੱਸ ਯਾਰ ਕੀ ਕਰੀਏ ਹੁਣ ਇਹਦਾ। ਉਹੀ ਤਾਂ ਗੱਲ ਆ, ਜਦੋਂ ਇਹਦਾ ਇੱਕ ਸੂਟ ਪਿਆ ਸੀ ਧੋਣ ਵਾਲੇ ਕੱਪੜਿਆਂ 'ਚ ਕੁਰਸੀ ਤੇ, ਮੈਂ ਤਾਂ ਉਹੀ ਸਮਝਣਾ ਸੀ ਵੀ ਇਹੀ ਧੋਣ ਵਾਲਾ ਆ, ਜੇ ਤੂੰ ਇਹ ਵੀ ਧਵਾਉਣਾ ਸੀ ਰੱਖ ਦਿੰਦੀ ਕੁਰਸੀ ਤੇ, ਜਾਂ ਫਿਰ ਉਹ ਵੀ ਨਾ ਰੱਖਦੀ, ਫਿਰ ਮੈਂ ਬੇਬੇ ਨੂੰ ਜ਼ਰੂਰ ਪੁੱਛਣਾ ਸੀ, ਬੇਬੇ ਕੋਈ ਕੱਪੜਾ ਤਾਂ ਨਹੀਂ ਹੈਗਾ ਧੋਣ ਵਾਲਾ, ਜੇ ਮੈਨੂੰ ਕੁਰਸੀ ਤੇ ਕੱਪੜਾ ਕੋਈ ਨਾ ਦਿਖਦਾ ਫਿਰ ਭਾਵੇਂ ਦੋਨੇ ਫੜਾ ਦਿੰਦੀ। ਰੌਲਾ ਤਾਂ ਫਿਰ ਉਹੀ ਹੈ, ਕਲੇਸ਼ ਕਰਨ ਦੀ, ਫਿਰ ਕਲੇਸ਼ ਕਿਵੇਂ ਹੁੰਦਾ? ਸਹੀ ਗੱਲ ਆ, ਮੈਨੂੰ ਤਾਂ ਪਤਾ ਨੀ ਲੱਗਿਆ ਬੇਬੇ ਕਿਹੜੇ ਵੇਲੇ ਵੱਗ ਗਈ, ਮੈਂ ਤਾਂ ਪਿਛਲੇ ਪਾਸੇ ਸਟੋਰ ਦੀ ਸਫਾਈ ਕਰਦੀ ਰਹਿ ਗਈ, ਪਤਾ ਨੀ ਲੱਗਿਆ ਕਿਹੜੇ ਵੇਲੇ ਰਿਸਕ ਗਈ। ਉਹ ਹੋਰ ਯਾਰ, ਮੈਨੂੰ ਤਾਂ ਲੈ ਬੇਬੇ ਦੀ ਨੀ ਸਮਝ ਲੱਗਦੀ, ਹਜੇ ਮਹੀਨਾ ਨੀ ਹੋਇਆ ਲੈ ਫਿਰ ਤੁਰ ਗਈ। ਉਹੀ ਤਾਂ ਗੱਲ ਆ, ਹੁਣ ਦੱਸੋ ਮੈਂ ਕੀ ਕਰਾਂ? ਕਰਨਾ ਕੀ ਅਮਦੀਪ, ਤੂੰ ਕਿੰਨੀ ਕਰ ਲੈਦਾ, ਇਹ ਤੇਰੀ ਬਣਦੀ ਵੀ ਨੀ ਸਾਰੀ ਉਮਰ। ਮਨਦੀਪ ਪਾਣੀ ਲੈ ਕੇ ਆਈ? ਆਲੂ ਬਹਿ ਜਾ। ਪੁੱਛਿਆ ਸੀ ਫੋਨ ਕਰਕੇ ਜਸਪ੍ਰੀਤ ਨੂੰ, ਉੱਥੇ ਗਈ ਆ ਬੇਬੇ ਜਾਂ ਕਿਸੇ ਹੋਰ ਰਿਸ਼ਤੇਦਾਰੀ ਚ ਗਈ ਆ? ਹਾਂ ਹਾਂ ਮਨਦੀਪ, ਜਸਪ੍ਰੀਤ ਕੋਲ ਹੀ ਗਈ ਆ, ਪੁੱਛਿਆ ਸੀ ਫੋਨ ਕਰਕੇ ਮੈਂ, ਜਸਪ੍ਰੀਤ ਕਹਿੰਦੀ ਮੇਰੇ ਕੋਲ ਹੀ ਆਈ ਆ ਬਾਈ। ਅੱਛਾ ਅੱਛਾ, ਫਿਰ ਕੀ ਕਹਿੰਦੀ, ਹੋਰ ਤਾਂ ਨਹੀਂ ਕੁਝ ਬੋਲੀ ਜਸਪ੍ਰੀਤ? ਹੋਰ ਤਾਂ ਕੀ ਬੋਲਣਾ ਸੀ, ਕਹਿੰਦੀ 4 ਕੁ ਦਿਨਾਂ ਤੱਕ ਆਜੂ, ਇਹਦਾ ਗੁੱਸਾ ਡੈਲ ਹੋ ਜੂ ਇਹਨੇ। ਆਹੋ ਫਿਰ ਬਾਅਦ ਚ ਕਹੂਗੀ ਮੇਰੇ ਤੋਂ ਮਾਫੀ ਮੰਗੋ। ਹਾਂ ਹਾਂ ਉਹ ਤਾਂ ਕਹੂਗੀ। ਚੱਲ ਕੋਈ ਗੱਲ ਨੀ, ਆਪਾਂ ਕਿਹੜਾ ਪਹਿਲੀ ਵਾਰੀ ਮਾਫੀ ਮੰਗਣੀ ਇਹਦੇ ਤੋਂ, ਪਹਿਲਾਂ ਬਥੇਰੀ ਵਾਰੀ ਮੰਗ ਲਈ। ਉਹੀ ਤਾਂ ਗੱਲ ਹੈ।
ਬੇਬੇ ਹਾਂ ਪੁੱਤ ਆਪਣੇ ਪਿੰਡ ਨਾ ਕਿਸੇ ਨੇ ਪਾਠ ਰਖਾਇਆ ਗਾ ਮੈਂ ਉਹਨਾਂ ਦੇ ਘਰੇ ਜਾ ਕੇ ਆਉਂਦੀ ਹਾਂ ਚੰਗਾ ਕੁੜੇ ਮੈਂ ਵੀ ਪਗ ਚੱਲੂੰਗੀ ਫਿਰ ਮੈਂ ਘਰੇ ਕੱਲੀ ਕੀ ਕਰੂੰਗੀ ਬੇਬੇ ਉਹਨਾਂ ਨਾਲ ਆਪਣੀ ਬਾਲੀ ਨਹੀਂ ਬਣਦੀ ਮੈਂ ਤਾਂ ਹੁਣ ਮੱਥਾ ਟੇਕ ਕੇ ਮੁੜ ਆਉਂਦੀ ਹਾਂ ਮੈਂ ਕੁੜੇ ਸੱਦਿਆ ਤਾਂ ਹੈਗਾ ਹੀ ਆ ਤੈਨੂੰ ਜੇ ਬਣਦੀ ਨਾ ਹੋਵੇ ਫਿਰ ਤਾਂ ਅਗਲਾ ਸੱਦਦਾ ਹੀ ਨਹੀਂ ਬੇਬੇ ਤੈਨੂੰ ਨੀ ਪਤਾ ਤੂੰ ਘਰ ਹੀ ਰਹਿ ਮੈਂ ਜਾਣ ਆਉਣ ਹੀ ਕਰੂੰ ਤੈਨੂੰ ਪਤਾ ਨੀ ਹੈਗਾ ਹਲੇ ਆਰਾਮ ਕਰ ਲਾ ਤੂੰ ਆਏ ਕਿਵੇਂ ਮੂੰਹ ਬਣਾਇਆ ਬੇਬੇ ਨੇ ਬੇਬੇ ਉਰੇ ਆ ਕੀ ਹੋ ਗਿਆ ਕੁਛ ਨੀ ਹੋਇਆ ਆਏ ਮੂੰਹ ਕਾਹਤੋਂ ਬਣਾ ਰੱਖਿਆ ਉਰੇ ਆ ਬੈਠ ਉਰੇ ਫਿਰ ਵੀ ਦੱਸ ਤਾਂ ਸਹੀ ਕੀ ਹੋ ਗਿਆ ਮੈਂ ਤੈਨੂੰ ਕਦੋਂ ਦੀ ਦੇਖੀ ਜਾਂਦੀ ਹਾਂ ਮੂੰਹ ਜਿਹਾ ਬਣਾਈ ਫਿਰਦੀ ਨੂੰ ਨਾ ਤੁਸੀਂ ਦੋਨੇ ਜਾਣੇ ਕਦੇ ਕਿਧਰੇ ਤੁਰ ਜਾਂਦੇ ਕਦੇ ਕਿਧਰੇ ਤੁਰ ਜਾਂਦੇ ਹੋ ਨਾ ਤੂੰ ਮੈਨੂੰ ਐਂ ਦੱਸ ਤੂੰ ਪਾਠ ਤੇ ਗਈ ਸੀ ਜੇ ਮੈਂ ਨਾਲ ਬਾਗ ਚੱਲਦੀ ਤੇਰੇ ਫਿਰ ਕਿੱਡੀ ਕੁ ਗੱਲ ਸੀ ਨਾ ਮੈਨੂੰ ਘਰੇ ਛੱਡ ਜਾਣਾ ਕੱਲੀ ਨੂੰ ਮੱਖੀਆਂ ਮਾਰਨ ਨੂੰ ਲੈ ਬਸ ਕਮਾਲ ਹੋ ਗਈ ਬੇਬੇ ਤੇਰੀ ਤੂੰ ਭਲਾ ਉੱਥੇ ਜਾ ਕੇ ਕੀ ਕਰਨਾ ਸੀ ਜਦੋਂ ਮੈਂ ਤੈਨੂੰ ਦੱਸੀ ਤਾਂ ਜਾਂਦੀ ਵੀ ਉਹਨਾਂ ਨਾਲ ਆਪਣੀ ਬਣਦੀ ਨੀ ਇੰਨੀ ਅਗਲਾ ਬੇਬੇ ਕਹਿ ਦਿੰਦਾ ਸਾਰਾ ਟੱਬਰ ਮੂੰਹ ਚੱਕ ਕੇ ਆ ਗਿਆ ਭਲਾ ਮੈਂ ਤੈਨੂੰ ਕਿਵੇਂ ਲੈ ਜਾਂਦੀ ਲੈ ਜਾਂਦੀ ਕਿਵੇਂ ਬੇਬੇ ਤੂੰ ਆਏ ਨਾ ਮਾੜੀ ਮਾੜੀ ਗੱਲ ਤੇ ਰੁੱਸਿਆ ਕਰ ਤਾਂ ਹੀ ਤਾਂ ਬਾਈ ਤੇ ਭਾਬੀ ਕਹਿ ਦਿੰਦੇ ਵੀ ਮਾੜੀ ਮਾੜੀ ਗੱਲ ਤੇ ਰੁੱਸਦੀ ਆ ਬੇਬੇ ਅੱਛਾ ਅੱਛਾ ਤੈਨੂੰ ਉਹ ਸੱਚੇ ਲੱਗਦੇ ਨੇ ਮੈਂ ਝੂਠੀ ਹੋ ਗਈ ਬੇਬੇ ਮੈਂ ਤਾਂ ਤੇਰੇ ਨਾਲ ਸੁਤੇ ਗੱਲ ਕਰੀ ਹੈਗੀ ਹੁਣ ਤੂੰ ਬਿਨਾਂ ਗੱਲ ਤੋਂ ਮੇਰੇ ਨਾਲ ਰੁੱਸ ਕੇ ਬਹਿਗੀ ਤਾਂ ਕਹਿੰਦੀ ਆ ਵੀ ਭਲਾ ਮੈਂ ਉਹਨਾਂ ਦੇ ਕਿਵੇਂ ਲੈ ਜਾਂਦੀ ਜਦੋਂ ਆਪਣੀ ਉਹਨਾਂ ਨਾਲ ਬਣਦੀ ਨੀ ਬੇਬੇ ਅਗਲਾ ਕਹਿ ਦਿੰਦਾ ਪਤਾ ਨੀ ਰੋਟੀਆਂ ਖਾਣ ਦੇ ਮਾਰੇ ਆ ਗਈ ਚੱਲ ਕੋਈ ਨਾ ਕੋਈ ਨਾ ਬੁਰਾ ਜਿਹਾ ਲੱਗਦਾ ਏ ਸਾਰਾ ਟੱਬਰ ਮੂੰਹ ਚੱਕ ਕੇ ਤੁਰ ਜੀ ਆਪਾਂ ਚੱਲ ਕੋਈ ਗੱਲ ਨੀ ਮੈਂ ਇਹਨੂੰ ਕਿਹਾ ਮਾ ਚੱਲ ਚੱਲੀਏ ਮਾਫ਼ੀ ਮੂਫੀ ਮੰਗ ਲਈ ਬੇਬੇ ਤੋਂ ਜਾ ਕੇ ਬਾਈ ਮਾਫ਼ੀ ਤਾਂ ਮੰਗ ਲਿਓ ਪਰ ਤੁਸੀਂ ਥੋੜਾ ਜਿਹਾ ਲੇਟ ਹੋ ਗਏ ਸਾਨੂੰ ਮਾਫ਼ੀ ਮੰਗਣ ਵਾਸਤੇ ਮਾਸੀ ਕੋਲੇ ਜਾਣਾ ਪਊ ਤਾਂ ਮੇਰੇ ਨਾਲ ਰੁੱਸ ਕੇ ਮਾਸੀ ਕੋਲੇ ਵਾਗੀ ਸੋਡੀ ਭੈਣ ਨੂੰ ਤੇਰੇ ਨਾਲ ਵੀ ਰੁੱਸ ਕੇ ਮਾਸੀ ਲਏ ਵਾਗੀ ਤੇ ਹੋਰ ਬਾਈ ਪਿੰਡ ਚ ਕਿਸੇ ਦੇ ਭੋਗ ਸੀ ਮੈਨੂੰ ਕਹਿੰਦੀ ਕਿ ਮੈਨੂੰ ਨਾਲ ਲੈ ਜਾ ਮੈਂ ਕਹਿਤਾ ਵੀ ਤੂੰ ਕੀ ਕਰੇਂਗੀ ਉੱਥੇ ਆਪਣੀ ਉਹਨਾਂ ਨਾਲ ਬਣਦੀ ਨੀ ਵੀ ਮੈਂ ਤਾਂ ਮੱਥਾ ਟੇਕ ਕੇ ਹੁਣ ਮੁੜਿਆ ਨੀ ਆ ਇਸੇ ਗੱਲ ਤੇ ਰੁੱਸ ਗਈ ਆ ਕਿ ਹਾਂ ਹਾਂ ਮੈਨੂੰ ਨਾਲ ਨੀ ਲੈ ਕੇ ਗਈ ਮੇਰੇ ਨਾਲ ਰੁੱਸ ਕੇ ਮੈਨੂੰ ਕਹਿੰਦੀ ਅੱਗੇ ਤੁਸੀਂ ਦੋਨੇ ਜੀ ਤਾਂ ਕਦੇ ਕਿਧਰੇ ਵਗ ਜਾਂਦੇ ਕਦੇ ਕਿਧਰੇ ਵਗ ਜਾਂਦੇ ਹੋ ਮੈਨੂੰ ਮੱਖੀਆਂ ਮਾਰ ਨੂੰ ਘਰੇ ਛੱਡ ਜਾਂਦੇ ਹੋ ਬਸ ਆਹੀ ਗੱਲ ਸੀ ਹੁਣ ਤੂੰ ਹੀ ਦੱਸ ਬਾਈ ਮੈਨੂੰ ਹੁਣ ਬੇਬੇ ਨੂੰ ਅਸੀਂ ਨਾਲ ਲੈ ਕੇ ਤੁਰੇ ਫਿਰੀਏ ਉਹੀ ਤਾਂ ਗੱਲ ਹੈ ਬਸ ਤੈਨੂੰ ਪਤਾ ਤਾਂ ਹੈਗਾ ਭੈਣੇ ਬੇਬੇ ਦਾ ਹਾਂ ਇੱਕ ਦਿਨ ਜ਼ਰੂਰ ਲੈ ਕੇ ਗਈ ਸੀ ਬਾਈ ਸਪੈਸ਼ਲ ਗੁਰੂ ਘਰ ਚੱਲ ਇਹੋ ਜਿਹੀਆਂ ਥਾਵਾਂ ਤੇ ਤਾਂ ਲਜਾਇਆ ਜਾਂਦਾ ਹੁਣ ਆਏ ਥੋੜੀ ਆ ਵੀ ਹਰੇਕ ਥਾਵੇਂ ਬੰਦਾ ਨਾਲ ਲੈ ਕੇ ਤੁਰਿਆ ਫਿਰੇ ਭੈੜਾ ਲੱਗਦਾ ਏ ਤਾਂ ਸਹੀ ਗੱਲ ਆ ਹੁਣ ਭਾਬੀ ਮੈਨੂੰ ਇੱਕ ਗੱਲ ਜਮਾਂ ਸਮਝ ਆ ਗਈ ਵੀ ਕਸੂਰ ਸੋਡੇ ਚ ਨੀ ਹੈਗਾ ਬੇਬੇ ਚ ਕਸੂਰ ਹੁਣ ਜਮਾਂ ਕਲੀਅਰ ਹੋ ਗਈ ਇਹ ਗੱਲ ਬੇਬੇ ਤਾਂ ਚੱਕਵਾਂ ਚੁੱਲ੍ਹਾ ਗਾ ਸੋਡੇ ਨਾਲ ਲੜਪੀ ਤਾਂ ਮੇਰੇ ਕੋਲੇ ਆ ਗਈ ਮੇਰੇ ਨਾਲ ਲੜਪੀ ਤਾਂ ਹੁਣ ਮਾਸੀ ਕੋਲੇ ਵਗ ਗਈ ਤੇ ਹੋਰ ਭੈਣੇ ਪਹਿਲਾਂ ਵੀ ਇਹਨੇ ਕਿਹੜਾ ਐਂ ਕੀਤਾ ਸੀ ਸਾਡੇ ਨਾਲ ਲੜ ਕੇ ਭੂਆ ਲੈ ਵਗ ਗਈ ਭੂਆ ਨਾਲ ਲੜ ਕੇ ਮਾਮੇ ਲੈ ਵਗ ਗਈ ਹਾਂ ਹਾਂ ਬਾਈ ਮੈਨੂੰ ਯਾਦ ਹੈ ਚੱਕਵੇਂ ਚੁੱਲ੍ਹੇ ਵਾਲੀ ਵੀ ਗੱਲ ਹੋ ਗਈ ਫਿਰ ਪਤਾ ਨੀ ਬੇਬੇ ਤੋਂ ਕਿਉਂ ਨੀ ਇੱਕ ਥਾਵੇਂ ਟਿਕ ਕੇ ਰਿਹਾ ਜਾਂਦਾ ਜਮਾਂ ਨੀ ਬਣਾ ਕੇ ਰੱਖਦੀ ਕਿਸੇ ਨਾਲ ਉਹੀ ਤਾਂ ਗੱਲ ਹੈ ਭੈਣੇ ਚੱਲ ਫਿਰ ਮਨਦੀਪ ਚੱਲੀਏ ਮਾਸੀ ਕੋਲੇ ਹਾਂ ਫਿਰ ਜਾਣਾ ਹੀ ਪੈਣਾ ਹੋਰ ਮਾਸੀ ਇਸ ਤਾਂ ਜਸਪ੍ਰੀਤ ਭੈਣ ਲਵੇ ਗਏ ਸੀਗੇ ਭੈਣ ਕਹਿੰਦੀ ਬੇਬੇ ਤਾਂ ਹੈ ਨੀ ਇੱਥੇ ਕਹਿੰਦੀ ਉਹ ਤਾਂ ਮੇਰੇ ਨਾਲ ਰੁੱਸ ਕੇ ਕਹਿੰਦੀ ਮਾਸੀ ਲਏ ਵਗ ਗਈ ਮਾਸੀ ਐਵੇਂ ਮਾੜੀ ਮਾੜੀ ਗੱਲ ਤੇ ਰੁੱਸ ਕੇ ਬਹਿ ਜਾਂਦੀ ਹੈ ਬੇਬੇ ਤਾਂ ਇਹਨੂੰ ਕਹਿ ਮਾਸੀ ਬੇਬੇ ਨੂੰ ਚੱਲੇ ਸਾਡੇ ਨਾਲ ਸੀ ਇਹ ਤੋਂ ਮਾਫੀ ਮੰਗਦੇ ਹਾਂ ਚੱਲ ਕੋਈ ਗੱਲ ਨੀ ਗਰਮੇਲ ਕੁਰੇ ਤੂੰ ਵੀ ਮੰਨ ਲਿਆ ਕਰ ਗੱਲ ਮਾਸੀ ਲੜਾਈ ਜਿਗੀ ਰੱਖਿਆ ਵਧੀਆ ਰਿਹਾ ਕਰੋ ਪੈਰ ਨਾਲ ਤੁਸੀਂ ਕਿਹੜਾ ਬਾਲਾ ਵੱਡਾ ਟੱਬਰ ਦੋ ਤਾਂ ਜੀ ਹੋ ਤੁਸੀਂ ਅਸੀਂ ਤਾਂ ਬਾਈ ਪੂਰੀ ਕੋਸ਼ਿਸ਼ ਕਰਦੇ ਆਂ ਗੱਲ ਕਰ ਬੇਬੇ ਦੀ ਆਦਤ ਹੀ ਇਹੋ ਜੀ ਹੈ ਮਾੜੀ ਜੀ ਗੱਲ ਤੇ ਰੁੱਸ ਜਾਂਦੀ ਹੈ ਆ ਦੇਖ ਲਓ ਦੇਖ ਲਓ ਹਜੇ ਵੀ ਆਪਦੇ ਘਰ ਵਾਲੀ ਦੀ ਗਲਤੀ ਨਹੀਂ ਕੱਢਦਾ ਮੇਰੇ ਚ ਖੋਟ ਵੀਦਾ ਮੈਂ ਨਹੀਂ ਜਾਂਦੀ ਤੁਹਾਡੇ ਨਾਲ ਚੱਲ ਕੋਈ ਗੱਲ ਨਹੀਂ ਬੇਬੇ ਮੈਂ ਗਲਤੀ ਮੰਨ ਲੈਣੀ ਆ ਬਸ ਹਾਂ ਚੱਲ ਕੋਈ ਗੱਲ ਨਹੀਂ ਭੈਣੇ ਲੜਾਈ ਖਤਮ ਕਰੋ ਤੁਸੀਂ ਨਾ ਗੁੱਸਾ ਤਾਂ ਮੈਨੂੰ ਤਾਂ ਚੜਦਾ ਭੈਣੇ ਇਸ ਕੰਜਰ ਨੇ ਕਦੇ ਮੈਨੂੰ ਸਹੀ ਤਾਂ ਕਿਹਾ ਹੀ ਨਹੀਂ
ਐਜੀ ਕਰਦਾ ਵੀ ਜੁੱਤੀ ਮਾਰਾਂ ਲਾ ਕੇ। ਲੈ ਵੇਖ ਲਾ ਮਾਸੀ ਨਾ ਹੁਣ ਬੇਬੇ ਮੈਂ ਤੈਨੂੰ ਕੀ ਕਹਿਤਾ, ਉਈ ਮਾੜੀ ਜਿਹੀ ਗੱਲ ਤੇ ਰੁੱਸ ਜਾਣੀ ਆ। ਜਾ ਬੇ ਜਾ, ਮੈਂ ਕੋਈ ਜਾਂਦੀ ਨਹੀਂ ਛੋਟੇ ਨਾਲ। ਚੱਲ ਠੀਕ ਆ, ਨਹੀਂ ਜਾਂਦੀ ਮਾਨਾ ਜਾ। ਚੱਲ ਮਨਦੀਪ ਚੱਲੀ ਆ ਜਾ। ਉਹ ਬਹਿ ਜਾ ਬਾਈ, ਕੋਈ ਗੱਲ ਨਹੀਂ। ਨਾ ਨਾ ਕੋਈ ਗੱਲ ਨਹੀਂ ਬਾਈ ਸੇਵਕਾ, ਜੇ ਨਹੀਂ ਜਾਂਦੀ ਬੇਬੇ ਨਾ ਜਾਂਦੀ। ਜਾ ਬਗ ਜੋ, ਮੈਂ ਨਹੀਂ ਜਾਂਦੀ। ਤੁਸੀਂ ਤਾਂ ਐਵੇਂ ਭਟਕ ਕੇ ਉੱਥੇ, ਆਪਾਂ ਮੈਨੂੰ ਤਾਂ ਤਰਲੇ ਕਰਕੇ ਲੈ ਆਉਣਾ ਸੀ ਬੇਬੇ ਨੂੰ। ਮਨਦੀਪ ਮੈਨੂੰ ਗੁੱਸਾ ਆਇਆ ਯਾਰ, ਆਪਦੀ ਗਲਤੀ ਤਾਂ ਮੰਨਦੀ ਨਹੀਂ ਹੈਗੀ, ਆਪ ਤਾਂ ਮਾੜੀ ਗੱਲ ਤੇ ਰੁੱਸੇ ਜਾਂਦੀ ਹੈ, ਉੱਤੋਂ ਸਮਾਂ ਮੈਨੂੰ ਬੋਲਦੀ ਹੈ। ਮਨਦੀਪ ਕੋਈ ਗੱਲ ਨੀ, ਤੂੰ ਐਤਕੀ ਤਮਾਸ਼ਾ ਦੇਖ, ਆਪ ਹੀ ਆਊਗੀ ਆਪਣੇ ਘਰੇ। ਚੱਕਮਾ ਚੁੱਲਾ ਤਾਂ ਹੈਗੀ ਇਹ, ਤੂੰ ਦੇਖੀ ਚੱਲ ਮਾਸੀ ਕੇ ਨਾਲ ਰੁੱਸ ਕੇ ਆਪਣੇ ਕੋਲ ਆਊਗੀ। ਚਲੋ ਠੀਕ ਹੈ, ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਸਹੀ। ਮੈਂ ਚਾਹ ਬਣਾ ਲੈਂਦੀ ਥੋੜੀ ਜੀ। ਬਣਾ ਲਿਆ ਹੋਰ। ਲੈ ਦੇਖ ਲਿਆ ਮਨਦੀਪ, ਉਹੀ ਗੱਲ ਹੋ ਗਈ ਜਿਹੜੀ ਮੈਂ ਤੈਨੂੰ ਕਹੀ ਸੀ। ਅੱਛਾ, ਕੀ ਬੇਬੇ ਦੀ ਗੱਲ ਕਰਦਾ? ਮਾਸੀ ਨਾਲ ਲੜ ਕੇ ਹੁਣ ਮਾਮੇ ਲੈ ਵਗ ਗਈ। ਅੱਛਾ ਅੱਛਾ, ਸੱਚੀ ਕਹਿੰਦੇ ਤੁਸੀਂ? ਤੇ ਹੋਰ ਫੇਰ ਹੁਣ ਕੀ ਬਣੂ? ਬਸ ਹੁਣ ਤੈਨੂੰ ਪਤਾ ਤਾਂ ਹੈ, ਦੇਖੀ ਚੱਲ ਥੋੜੇ ਦਿਨਾਂ ਤੱਕ ਆਈ ਲੈ, ਬਸ ਮਾਮੇ ਹੋਰਾਂ ਨਾਲ ਕੋਈ ਨਾ ਕੋਈ ਗੱਲ ਹੋ ਹੀ ਲੈ ਇਹਦੀ। ਸਹੀ ਗੱਲ ਆ ਤੁਹਾਡੀ। ਲੈ ਬੇਬੇ ਆ ਗਈ। ਸਤਿ ਸ੍ਰੀ ਅਕਾਲ ਬੇਬੇ। ਸਤਿ ਸ੍ਰੀ ਅਕਾਲ ਪੁੱਤਾਂ ਜੀ। ਹੋਰ ਕੁਲਦੀਪ ਠੀਕ ਆ ਪਤਾ? ਹਾਂ ਠੀਕ ਆ ਬੇਬੇ। ਚੰਗਾ ਹੋਰ। ਲੈ ਬੈਠ ਬੇਬੇ, ਤੂੰ ਮੈਂ ਪਾਣੀ ਲਿਆਉਣੀ ਆ। ਲੈ ਆ ਪਤਾ। ਹਾਂ ਲੈ ਬੇਬੇ ਪਾਣੀ। ਲੈ ਆ ਪਤਾ। ਹੋਰ ਬੇਬੇ, ਮਾਮੇ ਹੋਣੀ ਠੀਕ ਸੀ? ਜਾ ਦਫਾ ਹੁਣ ਮਾਮੇ ਹੋਰੀ, ਮੈਂ ਕੀ ਲੈਣਾ ਉਹਨਾਂ ਤਾਂ, ਤੂੰ ਗਲਾਸ ਰੱਖਿਆ ਪਾਣੀ ਵਾਲਾ। ਠੀਕ। ਹੈਲੋ। ਹੈਲੋ। ਹਾਂ ਮਨਦੀਪ, ਤੁਸੀਂ ਘਰੇ ਆ ਜਾਓ, ਤੁਹਾਡੀ ਗੱਲ ਸੱਚੀ ਹੋ ਗਈ। ਹੈਂ ਕਿਹੜੀ? ਬੇਬੇ ਘਰੇ ਆਈ ਬੈਠੀ ਆ, ਮਾਮੇ ਉਹਨਾਂ ਨਾਲ ਲੜ ਕੇ ਆਈ ਲੱਗਦੀ ਆ। ਅੱਛਾ, ਕਿਉਂ? ਮੈਂ ਤੈਨੂੰ ਪਹਿਲੀ ਕਹਿਤਾ ਸੀ। ਹਾਂ ਹਾਂ, ਤੁਹਾਡੀ ਗੱਲ ਸਹੀ ਹੋ ਗਈ, ਮੰਨ ਗਈ ਤੁਹਾਨੂੰ ਮੈਂ। ਠੀਕ ਠੀਕ, ਆ ਜਾਓ ਤੁਸੀਂ ਘਰੇ। ਠੀਕ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਤੁਸੀਂ ਜੁੜੇ ਸਾਂਝੇ ਪਰਿਵਾਰ ਦੇ ਨਾਲ, ਹੁਣ ਵਾਰੀ ਹੈ ਕਮੈਂਟ ਕਰਨ ਵਾਲੇ ਵੀਰਾਂ ਦੀ। ਕਰਮਜੀਤ ਕੌਰ ਢਿਲਵਾਂ ਕਲਾਂ, ਗੁਰਮੁਖ ਸਿੰਘ ਬਰਾੜ, ਜਸ ਔਲਖ, ਕਿਰਨ ਸ਼ਰਮਾ ਫਰੀਦਾਬਾਦ ਤੋਂ, ਨਵਦੀਪ ਧਮਾਨ, ਗੁਰਪ੍ਰੀਤ ਸਿੰਘ, ਬਲਰਾਜ ਸਿੰਘ, ਦੀਪਧਾਰੀਵਾਲ, ਕਿਰਨ ਰਾਣੀ, ਅਨੀਤਾ ਸੰਧਲ, ਮਨਰਾਜ ਸਿੰਘ ਮੈਸਮਪੁਰ ਤੋਂ, ਮਧੂ ਸਵਰਵਾਲ, ਹਰਨੇਕ ਸਿੰਘ, ਜਸਵੀਰ ਕੌਰ ਕਪੂਰਥਲੇ ਤੋਂ, ਗੁਰਮੀਤ ਸਿੰਘ ਰੰਧਾਵਾ, ਕਰਮਜੀਤ ਕੌਰ, ਗੁਰਨੂਰ ਢਿੱਲੋਂ ਬਰਗਾੜੀ ਤੋਂ, ਜ਼ਿਲ੍ਹਾ ਫਰੀਦਕੋਟ। ਬਹੁਤ ਬਹੁਤ ਧੰਨਵਾਦ ਸਾਰੇ ਵੀਰ ਭਰਾਵਾਂ ਦਾ, ਬਣੇ ਰਹੋ ਇਸ ਤਰ੍ਹਾਂ ਸਾਂਝੇ ਪਰਿਵਾਰ ਦੇ ਨਾਲ, ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਇਸੇ ਤਰ੍ਹਾਂ, ਚੈਨਲ ਕਰ ਲਓ ਸਬਸਕ੍ਰਾਈਬ। ਮਿਲਦੇ ਹਾਂ ਅਗਲੀ ਵੀਡੀਓ 'ਚ, ਧੰਨਵਾਦ।